ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਸਾਧ ਸੰਗਤ ਜੀ, ਦੀਨ ਦੁਨੀਆ ਦੇ ਮਾਲਕ, ਪਤਿਤ ਪਾਵਨ, ਭਗਤ ਵਛਲ, ਕਿਰਪਾ ਦੇ ਖਜ਼ਾਨੇ ਸਤਿਗੁਰੂ, ਜੁਗੋ ਜੁਗ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸਤਿਗੁਰਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤੱਲਣ ਵਿਖੇ ਸੰਧਿਆ ਦੇ ਦੀਵਾਨ ਵਿੱਚ ਆਪਾਂ ਰਲ ਮਿਲ ਕੇ ਬੜੇ ਪਿਆਰ ਦੇ ਨਾਲ ਹਾਜ਼ਰੀ ਭਰ ਰਹੇ ਹਾਂ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਸੰਧਿਆ ਦੇ ਦੀਵਾਨਾਂ ਵਿੱਚ ਗੁਰੂ ਕੇ ਕੀਰਤਨੀ ਸਿੰਘਾਂ ਨੇ ਸੰਗੀਤ ਦੇ ਨਿਯਮਾਂ ਮੁਤਾਬਕ ਸੱਚ ਕੀ ਬਾਣੀ ਦਾ ਗਾਇਨ ਕੀਤਾ ਹੈ। ਰਹਿਰਾਜ ਸਾਹਿਬ ਜੀ ਦੇ ਪਾਠ ਨਿਤਾ ਪ੍ਰਤੀ ਦੇ ਨੇਮ ਦੇ ਮੁਤਾਬਕ ਕੀਤੇ ਗਏ ਹਨ। ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੋਹਣਾ ਸੁੰਦਰ ਪਵਿੱਤਰ ਜੀਵਨ ਆਪਾਂ ਰਲ ਮਿਲ ਕੇ ਨਿੱਤਾ ਪ੍ਰਤੀ ਸਰਵਣ ਕਰਦੇ ਹਾਂ। ਕਥਾ ਵਿੱਚ ਇਸ ਵੇਲੇ ਆਪਾਂ ਹਾਜ਼ਰੀ ਭਰ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਮੌਜ ਦੇ ਵਿੱਚ, ਅੱਜ ਉਹਨਾਂ ਨੇ ਮੌਸਮ ਦੇ ਵਿੱਚ ਕੁਝ ਤਬਦੀਲੀ ਲਿਆਂਦੀ ਹੈ, ਕਿਉਂਕਿ ਰੁੱਤਾਂ ਦਾ ਬਦਲਣਾ, ਮੌਸਮਾਂ ਦਾ ਬਦਲਣਾ ਇਹ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਿੱਚ ਹੈ। ਸਤਿਗੁਰੂ ਜੀ ਦੀ ਬਾਣੀ ਦਾ ਬਚਨ ਹੈ, ਮੀਂਹ ਪਾਇਆ ਪਰਮੇਸ਼ਰ ਪਾਇਆ, ਜੀਵ ਜੰਤ ਸਭ ਸੁਖੀ ਵਸਾਇਆ। ਆਪਣੇ ਹਿਸਾਬ ਕਿਤਾਬ ਜਿਹੜੇ ਆ, ਆਪਣੀ ਗਣਨਾ ਕਈ ਵਾਰੀ ਉਲਟੀ ਹੁੰਦੀ ਆ। ਜਿਸ ਵਸਤੂ ਦਾ ਸਾਨੂੰ ਫਾਇਦਾ ਹੋਵੇ ਉਹ ਤਾਂ ਆਪਾਂ ਕਹਿੰਦੇ ਹਾਂ ਚੰਗੀ ਹੋ ਗਈ ਆ, ਜਿਸ ਵਸਤੂ ਦਾ ਸਾਨੂੰ ਲੱਗਦਾ ਹੋਵੇ ਕਿ ਸਾਨੂੰ ਲਾਭ ਨਹੀਂ ਹੈ ਉਹ ਆਪਾਂ ਕਹਿੰਦੇ ਹਾਂ ਮਾੜਾ ਹੋ ਗਿਆ। ਪਰ ਉਹ ਪਰਮੇਸ਼ਰ ਜੋ ਕਰਦਾ ਸਭ ਦੇ ਲਈ ਚੰਗਾ ਹੀ ਕਰਦਾ ਹੈ। ਅੱਜ ਆਪਣੇ ਕਈਆਂ ਦੇ ਮਨਾਂ ਵਿੱਚ ਵਿਚਾਰ ਹੋਵੇਗਾ ਕਿ ਮੌਸਮ ਖਰਾਬ ਹੋ ਗਿਆ। ਨਹੀਂ ਭਾਈ, ਵਾਹਿਗੁਰੂ ਪਰਮੇਸ਼ਰ ਜੋ ਕਰਦਾ ਹੈ ਉਹ ਕਦੇ ਖਰਾਬ ਨਹੀਂ ਕਰਦਾ ਕੁਝ ਵੀ, ਉਹ ਠੀਕ ਕਰਦਾ ਜੋ ਕਰਦਾ। ਇਸ ਕਰਕੇ ਸ਼ਬਦ ਨਾ ਵਰਤੀਏ ਕਦੇ ਵੀ ਕਿ ਮੌਸਮ ਖਰਾਬ ਹੋ ਗਿਆ, ਮੀਂਹ ਪੈ ਗਿਆ, ਕਿਉਂਕਿ ਮੀਂਹ ਪੈਣ ਦੀ ਗੱਲ ਤਾਂ ਸਤਿਗੁਰੂ ਜੀ ਕਹਿੰਦੇ ਇਹ ਪਾਇਆ ਪਰਮੇਸ਼ਰ ਨੇ ਹੈ, ਅਤੇ ਪਾਇਆ ਕਾਹਦੇ ਵਾਸਤੇ ਹੈ ਕਿ ਸਾਰੇ ਜੀਵ ਜੰਤੂ ਸੁਖੀ ਹੋ ਜਾਣ। ਮੀਂਹ ਪਾਇਆ ਪਰਮੇਸ਼ਰ ਪਾਇਆ, ਜੀਵ ਜੰਤ ਸਭ ਸੁਖੀ ਵਸਾਇਆ। ਸਾਰਿਆਂ ਨੂੰ ਸੁਖੀ ਵਸਾਉਣ ਵਾਸਤੇ ਵਾਹਿਗੁਰੂ ਪਰਮੇਸ਼ਰ ਨੂੰ ਸਾਰਿਆਂ ਦਾ ਫਿਕਰ ਹੈ, ਆਪਾਂ ਨੂੰ ਆਪਣਾ ਇਕੱਲੇ ਇਕੱਲੇ ਦਾ ਫਿਕਰ ਹੈ। ਇਸ ਕਰਕੇ ਜੋ ਉਸਨੇ ਕੀਤਾ, ਜੋ ਉਹਦੀ ਰਜ਼ਾ ਵਿੱਚ ਹੋਇਆ ਉਹ ਨਾ ਖਰਾਬ ਹੋਇਆ ਨਾ ਮਾੜਾ ਹੋਇਆ, ਜੋ ਹੋਇਆ ਬਹੁਤ ਚੰਗਾ ਹੋਇਆ। ਹਾਂ ਠੀਕ ਹੈ ਵੀ ਦੁਨਿਆਵੀ ਤੌਰ ਦੇ ਉੱਤੇ ਕਈ ਵਾਰ ਰੁਕਾਵਟਾਂ ਪੈ ਜਾਂਦੀਆਂ ਸਾਡੇ ਆਉਣ ਜਾਣ ਦੇ ਵਿੱਚ, ਔਰ ਮੌਸਮ ਬਦਲ ਦੇ ਨਾਲ ਸਾਡੇ ਸਰੀਰਾਂ ਦੇ ਉੱਤੇ ਵੀ ਅਸਰ ਪੈਂਦਾ ਹੈ ਸਿੱਧਾ ਸਿੱਧਾ, ਜਿਸ ਕਰਕੇ ਕਈ ਵਾਰ ਅਸੀਂ ਜਿੱਥੇ ਪਹੁੰਚਣਾ ਹੋਵੇ ਉੱਥੇ ਪਹੁੰਚ ਨਹੀਂ ਸਕਦੇ। ਗੁਰਦੁਆਰਾ ਸਾਹਿਬ ਆਉਣਾ ਕਈਆਂ ਦਾ ਨਿੱਤਾ ਪ੍ਰਤੀ ਦਾ ਨੇਮ ਹੈ, ਪਰੰਤੂ ਜਦੋਂ ਆ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਹੈ, ਮੌਸਮ ਬਦਲ ਜਾਂਦਾ ਹੈ, ਕਈ ਵਾਰੀ ਮਨ ਕਹਿੰਦਾ ਹੈ ਕਿ ਅੱਜ ਤਾਂ ਮੀਂਹ ਪੈ ਗਿਆ, ਨਿੱਤਾ ਪ੍ਰਤੀ ਜਾਂਦੇ ਹੀ ਹੈ, ਚਲੋ ਮੌਸਮ ਬਦਲਿਆ ਇਸ ਕਰਕੇ ਆਪਾਂ ਨਾ ਜਾਈਏ, ਅੱਜ ਦਾ ਦਿਨ ਰਹਿਣ ਦਿੰਦੇ ਹਾਂ, ਨਾਗਾ ਪੈ ਗਿਆ।
पर जिहड़े प्रेम वाले आ भाई मौसम किसी तरह का होवे, समा किसी तरह का होवे, किसी तरह के हालात बने होण, गुरु नाल प्रेम वाले वो सही समय दे उत्ते पहुँच के लाहा प्राप्त कर लेंदे आ। सतगुरु की बाणी के बचन हन, झक्खड़ झांगी मीहो वरसै भी गुर देखण जाई, समुंद सागर होवै बहु खारा गुरसिख लंग गुरु पै जाई। गुरु का सिख प्रेम वाला जिहड़ा तो खारे समुद्रां नूं लंघ के भी सतगुरु सच्चे पातशाह जी के दीदारियां लई पहुँच जाता। और जेकर असी दुनियावी तौर दे उत्ते साडे कपड़े ना भिज जाण, शरीर गिला ना हो जावे, ये सोच के रुक जाते हैं तो शायद कितने ना कितने साडे मना विच गुरु के प्यार की जिहड़ी है वो दृढ़ता नहीं बनी हुई, कचाई है कितने ना कितने। भिजो सिजो कंबली अल्लाह वरसो मेह हो, जाए मिला तिना सजना टुटो ना ही ने हो। उन्हां सज्जणां नूं, उन्हां प्यारियां नूं, उन्हां संगतां नूं सतगुरु सच्चे पातशाह जी नूं जा के मिल लवां, चाहे कंबली भिजदी भिज जावे, आ शरीर रूपी कंबली भिजदी भिज जावे, इहदा कोई नुकसान हुंदा हो जावे, पर जिन्हां ने हठ कीता अज उन्हां दीआं गल्लां आपां अरदास विच वी करदे हां, जिन्हां हठियां जपियां तपियां नाम जपिया। और हठ तों बिना भगती नहीं हो सकती, हठ तो बिना किसी नियम नूं पूरिया नहीं किया जा सकता। थोड़ी जी ढिल मन नूं दे देवांगे तो इन्हें जद ही आपां नूं होर पासे नूं लै जाणा, इस करके हठ भी जरूरी आ। और जिन्ने भी आप जी हठ करके सतगुरु के प्रेम विच जां सतगुरु जी की कथा के प्रेम विच नेता प्रति जुड़दे हो, अज भी पहुंचे हो, सब नूं जी आया, सतगुरु सच्चे पातशाह कृपा करन, इस तरह सारयां दा प्यार अपने चरणों नाल बनाई रखण। दशमेश पिता धन गुरु गोबिंद सिंह साहब जी महाराज सच्चे पातशाह दक्षण की धरती उत्ते विराज रहे हैं। सतगुरु सच्चे पातशाह जी दे कोल बहादुर शाह बेनती करन वास्ते पहुंचिया कि सतगुरु जी आप जी का भेजा होया बाबा बंदा सिंह बहादुर, उन्हें पंजाब विच तरथली मचा रखी है, बहुत सारे सूबे मार दिते है, बड़े इलाकों नूं लुट लिया, हर पासे खालसे का बोलबाला होया है। आप जी का जो मनोरथ सी, आप जी ने मैनू भी ये सवाल पाया सी, मैं पूरा नहीं कर सकया, इस करके मैं शर्मिंदा हाँ, शर्मसार हाँ, मैनू इस गल की नमोशी है, इस करके आप जी मैनू दर्शन नहीं दे रहे सी। पर प्यारे भाई दया सिंह जी के समझाउण दे उत्ते सही समा जाण के गोदावरी के कंडे सतगुरु जी नूं जा बेनती कीती है ने, जिस गोदावरी के तट उत्ते सतगुरु जी जल विच खड़े बहुत देर तक भगती करते रहिंदे, वाहिगुरू वाहिगुरू सिमरन उन्हां दा चलदा रहिंदा, क्योंकि सतगुरु जी का सतयुग वेले का उस समय का यह तप स्थान है, तो हुण भी सतगुरु जी इत्थे भगती करते हैं। उत्थे जा के बहादुर शाह ने जदों बेनतियां कीतियां, महाराज आप जी अपने भेजे हुए बाबा बंदा सिंह बहादुर नूं रोक लवो, इन्नियां गल्लां बातां कर रहे सन हले कि पंज सिंह पंजाब तों चल के सतगुरु जी दी हाजर हजूरी विच पहुंचे, जा के बेनती कीती, महाराज असीं पंजाब तों आए हाँ, आप जी दे भेजे बाबा बंदा सिंह बहादुर दे नाल असीं आप दे हुक्म मुताबक साथ दित्ता, आप जी दे हुक्मनामे पढ़े, सारा पंजाब असी फतेह कर लिया है, गुरु घर के दोखियां नूं सजावां दे दित्तियां, वजीदा खान मारिया गया, सरहद का सूबा लाहौर का सूबा जेरदस्त मार दिता, सढ़ौरे के मुगलां पठाणा सईयदां नूं सोध दिता जिन्हां ने पीर बुद्धू शाह उत्ते जुल्म किए सन, साहिबजादियां नूं नीहां विच खड़े करन वास्ते सूबे नूं मनाउण वाला जिहड़ा झूठा आनंद खत्री सी उहदा भी बुरा हाल करके मार दिता गया, सजावां दित्तियां, महाराज सब कुछ हो गया, पहाड़ी राजा नूं भी सजावां दे दित्तियां गईआं। हुण जदों असीं इह सारियां जिम्मेवारियां तों वेहले हो के श्री दरबार साहिब अमृतसर शुकराना करन वास्ते पहुँचे, सुधा सर सरोवर दे विच इशनान करन वास्ते पहुँचे, तां महाराज आप जी दा भेजिआ बंदा
बाबा बंदा सिंह बहादुर वो बड़ा हंकारी हो गया है। हंकारी हो के सिखां दा गुरु बनना चाहुंदा, अपनी पूजा करवानी चाहुंदा, इस करके खालसा उहदे नाल नाराज हो गया, उहदा साथ छड्ड गए है। और आप जी ने जिहड़े सिंह नाल भेजे सन बाबा विनोद सिंह जी, वह तो बाबा बंदा सिंह बहादुर नूं वढ़न लगे सी, पर उहनां दे पुत्र कान सिंह ने यह कह के रोक लिया कि सतगुरु जी ने साडी ड्यूटी बाबा बंदा सिंह बहादुर की सहायता वास्ते ही लाई है, इन्ना ही वचन किया है। जे आप ये काम कर दिता तो असी भी गुरु तो बेमुख हो जावे। बंदा सिंह बहादुर तो चलो गुरु के वचन ना मनण करके बेमुख हो ही है, असी अपराधी क्यों बनीए? ये अपनी करनी का फल आप भोगेगा। इउं महाराज सारे सिंह नाराज होकर उहदे तो पासे चले गए, गिणती दे सिंह उहदे नाल रह गए है। आप जी ने जती सती रहण दा उहनूं वचन दिता सी। उहने महाराज पहला एक विआह कराया चंबे दे राजे दे लड़की दे नाल, उहदे एक घर पुत्र पैदा होया, ते हुण एक होर इस्त्री दे नाल विआह कराउणा चाहुंदा। इस करके खालसा आप जी दे हुकमां तों उल्ट जांदिआं देख के बेमुख होया, जाण के उसनूं उहदा साथ छड्ड गिआ है। सतगुरु सच्चे पातशाह ने उस वेले सारयां नूं संबोधन हो के समेत बहादुर शाह नूं कह लगे, भाई कोई गल नहीं, जिन्नी देर तक उन्हें वचन कमाए असी उहदा साथ दिता, साडी सत्या साडी शक्ति उहदे विच वरतदी रही। जिहड़े पंज तीर उहनूं दित्ते सन, उहनां पंजां तीरां दे आसरे लखां करोड़ां फौजां दे नाल उह लड़दा रहा ते उहनां दा विनाश करदा रहा, पर हुण असी उहनां तीरां विच जिहड़ी शक्ति उह वापस खिच लई है। हुण उह हारदा जाएगा, उहदा तेज प्रताप वापस लै लिया, तो हौली हौली इस तरह उहदा तेज प्रताप घटदा घटदा घट जाएगा, उहदा जीवन बहुता लंबा समा नहीं रहेगा। सतगुरु ने वचन किए, नाल ही बहादुर शाह नूं आख्या, बहादुर शाह जिहड़ी बेनती तू लैके आया सी, सानू बंदा सिंह बहादुर नूं सुनेहा भेजण की लोड़ नहीं पई, अपने आप ही वह रुक जाएगा, उहनूं हुण रोकण की लोड़ नहीं, तेरियां फौजां का कोई होर नुकसान नहीं करेगा। हाँ बाकी तैनू भी असी समा दिता सी, तेरे ते दयालू हो के दोबारा सल्तनत बख्श दिती सी, वैसे असी तुरक राज दीआं जड़ां पुट चुके सी, पर तू शरण आया, शरण आया जाण के तैनू राज भाग बख्शिया सी। बस आ जिन्ना चिर तेरी जिंदगी है थोड़ा समा उन्ना चिर राज भाग रहेगा, तुहाडी कुल विच्चों भी इह राज भाग खत्म हो जाएगा, हुण साडे गुरू के खालसे दा राज भाग कायम होवेगा। इउं सतगुर सच्चे पातशाह जी ने वचन किए, बहादुर शाह ने जिहड़ा हीरा भेट किया सी महाराज ने फड़ के नदी में सुट दिता गोदावरी। ये बादशाह हैरान भी बड़ा होया भी तां बड़ा बेशकीमती हीरा सी, गोरखुंडे दे राजे ताने शाह दे कोलों मेरे पिता औरंगजेब ने खोहिया सी, ते साडी पिता पुरखी निशानी सी, पर महाराज ने चलो जिवें उन्हां दी मौज है की कह सकदा हुण मैं, आ गोदावरी नदी में वगा के मारिया। इहो ही एक दिन एक होर सिख आया, उन्हें महाराज सच्चे पातशाह नूं बड़ा एक कीमती हीरा भेट किया। महाराज सच्चे पातशाह हाथ ते रख के कुछ देर वेखते रहे, वगा के वह भी गोदावरी नदी में सुट दिता। सिख के मन में बड़ी चिंता हुई भी यह तो कीमती हीरा सी बहुत, शायद महाराज ने इहदी कीमत दा नहीं पता, एवें कच का टुकड़ा जान के वगा मारिया। महाराज हुण अंतरजामी उहदे मन की गल जाण गए, कहिंदे भाई सिखा तेरा हीरा बड़ा कीमती लगता सी, तेरे चेहरे तो लगता भी तू चिंता विच है, भाई सानू पता नहीं सी इहदी कीमत का, बाकी तेरी भी गलती है, तू दस देना सी पहले ही कि कीमती बहुत असी ना सुट दे, बाकी फिक्र ना कर, कहिंदे आ गोदावरी नदी के किनारे जा, बहुत ही दूर नहीं सुटिया, नेड़े सुटिया, जा के कढ लिया। महाराज का हुक्म सुन के सिख एकदम उठिया, जाके गोदावरी नदी में कपड़े ला के जदों प्रवेश किया, नज़र मारी पानी दे विच की देखदा, उत्थे हीरियां दे ढेर लगे हुए है, जिस तरह का इहदा हीरे नूं पछाण ही ना आवे मेरा हीरा किहड़ा, हीरे जवाहरातां दे जदों ढेर लगे मोतियां दे उत्थे देखे, बड़ा मन इहदा परेशान होया भी मैं गुरु दे उत्ते शंका कीती भी गुरु ने इहदी कीमत दा पता नहीं सी, गुरू साहब कोले तां इहो जिहे पता नहीं कीमती खजाने हीरियां दे किन्ने क भरे पए है। पछताउंदा होया बाहर आ के सतगुरु जी दे चरणा उत्ते ढह पिया, महाराज मैनूं माफ कर दिओ। सतगुरु कहण लगे, भाई चलो कोई गल नहीं,
तू सानू हीरा भेट किया, इस याद विच इस जगह का नाम हीरा घाट प्रसिद्ध होगा। बाकी सब तो जिहड़ा कीमती हीरा ना वह तो वाहगुरु का नाम आ, वह हीरे की संभाल करो। इउं सतगुरु जी उसनू उपदेश दे के उत्थों चले गए। यह सिख उठ गया, सतगुरु जी अपने आराम आसन के उत्ते आए। इस प्रकार सतगुरु सच्चे पातशाह उत्थे जिवें होर कौतक वरता रहे है, अगे जिवें कथा आ रही है, बड़े प्यार नाल सरवण करिए। सतनाम श्री वाहिगुरु साहिब जी की जय। करी इम बिलास प्रभ पर करता अनेक। इउं सतगुरु सच्चे पातशाह जी नित्ता प्रति अनेक ही बिलास अनेक ही कौतक कर रहे हैं। एक दिन फिर अपने दीवान दे विच स्थित बैठे आ, संगतां विच शोभायमान हन, ते साध संगत जी उस दिन बैठिया की घटना वापरी। एक बहुत धनी बड़ा अमीर पठान जिहड़ा सी सतगुरु जी दे चरणा विच पहुंचिया। सतगुरु सच्चे पातशाह जी नूं नमस्कार करके हाथ जोड़ के बैठ गया। ਇਹਦੇ ਹੱਥ ਦੇ ਵਿੱਚ ਇੱਕ ਦਸਤਾਵੇਜ਼ ਹੈ, ਇੱਕ ਚਿੱਠੀ ਹੈ, ਇੱਕ ਰਸੀਦ ਹੈ, ਜਿਸ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੀ ਦਸਤਖਤ ਕੀਤੇ ਹੋਏ ਹਨ। ਸਤਿਗੁਰੂ ਜੀ ਦੀ ਲਿਖਤ ਵਾਲਾ ਉਹ ਕਾਗਜ਼ ਇਹਨੇ ਕੱਢ ਕੇ ਸਤਿਗੁਰੂ ਦੇ ਅੱਗੇ ਰੱਖ ਦਿੱਤਾ। ਉਸ ਵੇਲੇ ਇਸ ਨੇ ਬੇਨਤੀ ਕੀਤੀ, ਮਹਾਰਾਜ ਕਹਿੰਦਾ ਆਹ ਜਿਹੜੀ ਲਿਖਤ ਹੈ ਇਹਦੇ ਵਿੱਚ ਲਿਖਿਆ ਹੈ ਕਿ ਸਹੰਸਰ ਇਕਾਦਸ਼, ਹਜ਼ਾਰ ਅਤੇ ਇਕਾਦਸ਼ ਜਿਹੜਾ 11,000 ਰੁਪਈਆ, ਕਹਿੰਦਾ ਇਸ ਦੇ ਵਿੱਚ ਲਿਖਤ ਲਿਖੀ ਹੋਈ ਹੈ। ਆਪ ਜੀ ਯਾਦ ਕਰੋ ਕਿ ਇਹ ਜਿਹੜਾ 11,000 ਦੀ ਰਕਮ ਲਿਖੀ ਹੋਈ ਹੈ ਨਾ, ਇਹ ਘੋੜਿਆਂ ਦਾ ਮੁੱਲ ਹੈ। ਇਹ ਮਹਾਰਾਜ ਆਪ ਜੀ ਨੇ ਅਨੰਦਪੁਰ ਸਾਹਿਬ ਵਿਖੇ ਸਾਡੇ ਤੋਂ ਘੋੜੇ ਮੁੱਲ ਖਰੀਦੇ ਸੀ, ਅਤੇ ਉਸ ਵੇਲੇ ਦਾ ਹਿਸਾਬ ਕਿਤਾਬ ਰਹਿੰਦਾ। ਆਪ ਜੀ ਵੱਲ ਮੇਰੇ 11,000 ਰੁਪਈਏ ਰਹਿੰਦੇ ਹੈ। ਇਹਦਾ ਸਬੂਤ ਇਹ ਹੈ ਕਿ ਆਪ ਜੀ ਦੇ ਹੱਥ ਦੀ ਲਿਖਤ ਮੇਰੇ ਕੋਲ ਹੈ। ਜਦੋਂ ਆਪ ਜੀ ਅਨੰਦਪੁਰ ਸਾਹਿਬ ਰਹਿੰਦੇ ਸੀ ਉਸ ਵੇਲੇ ਆਪ ਜੀ ਦੇ ਉੱਤੇ ਸਮਾਂ ਐਸਾ ਆਇਆ, ਬਹੁਤ ਜੰਗਾਂ ਲੜਦੀਆਂ ਪਈਆਂ। ਇਸ ਕਰਕੇ ਮਹਾਰਾਜ ਆਪ ਜੀ ਉੱਤੇ ਔਖਾ ਸਮਾਂ ਸੀ, ਮੈਂ ਨਹੀਂ ਆਇਆ, ਇਹ ਪੈਸੇ ਤੁਹਾਡੇ ਤੋਂ ਲੈਣੇ ਸੀ। ਇਹ ਜਾਣ ਕੇ ਮੈਂ ਆਪ ਜੀ ਕੋਲ ਲੈਣ ਨਹੀਂ ਆਇਆ, ਲੈਣ ਦੇਣ ਕੀਤਾ ਨਾ। ਮਹਾਰਾਜ ਉਸ ਵੇਲੇ ਤੋਂ ਬਾਅਦ ਕਿੰਨਾ ਹੀ ਸਮਾਂ ਲੰਘ ਗਿਆ। ਇਸ ਪ੍ਰਕਾਰ ਤੇ ਮਹਾਰਾਜ ਆਪ ਜੀ ਦੇ ਹੱਥ ਦੀ ਨਿਸ਼ਾਨੀ, ਆਪ ਦੇ ਹੱਥ ਦੀ ਲਿਖਤ, ਇਹ ਰਸੀਦ ਮੇਰੇ ਕੋਲ ਪਈ ਸੀ। ਆਪ ਜੀ ਨੇ ਅਨੰਦਪੁਰ ਸਾਹਿਬ ਵਿੱਚ ਮੇਰੇ ਤੋਂ ਘੋੜੇ ਮੁੱਲ ਲਏ ਸਨ। ਉਸ ਤੋਂ ਬਾਅਦ ਮਹਾਰਾਜ ਮੈਂ ਨਹੀਂ ਆਪ ਜੀ ਕੋਲ ਆਇਆ, ਅੱਜ ਆਪ ਜੀ ਕੋਲ ਆ ਕੇ ਰਸੀਦ ਦਿਖਾਈ ਹੈ। ਤੇ ਮਹਾਰਾਜ ਮੈਂ ਹੱਕਦਾਰ ਹਾਂ ਇਹ ਧਨ ਲੈਣ ਦਾ, ਇਹ ਉਮੀਦ ਕਰਕੇ ਆਪ ਜੀ ਕੋਲ ਆਇਆ ਹਾਂ ਕਿ ਮੈਂ ਆਪ ਜੀ ਤੋਂ ਇਹ ਧਨ ਜਿਹੜਾ 11,000 ਰੁਪਇਆ ਤੁਹਾਡੇ ਵੱਲ ਬਕਾਇਆ ਰਹਿੰਦਾ ਘੋੜਿਆਂ ਦੀ ਕੀਮਤ, ਉਹ ਲੈ ਲਵਾਂ। ਤੇ ਮਾਫੀ ਚਾਹੁੰਦਾ ਸਤਿਗੁਰੂ ਜੀ ਕਿ ਪਹਿਲਾਂ ਮੇਰਾ ਆਉਣਾ ਨਹੀਂ ਹੋਇਆ, ਸਮਾਂ ਬਹੁਤ ਲੰਘ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਇਹ ਗੱਲ ਸੁਣ ਕੇ ਆਪਣੇ ਮੁਖਾਰਬਿੰਦ ਤੋਂ ਵਚਨ ਕਹਿਣ ਲੱਗੇ। ਕਹਿੰਦੇ ਭਾਈ ਨਿਸ਼ਚੈ ਠੀਕ ਹੈ ਤੇਰੀ ਗੱਲ, ਕਹਿੰਦੇ ਤੂੰ ਸਾਡੇ ਤੋਂ ਇਹ ਪੈਸੇ ਲੈਣੇ ਆ, ਤੂੰ ਝੂਠ ਨਹੀਂ ਬੋਲਦਾ, ਤੂੰ ਠੀਕ ਕਹਿ ਰਿਹਾ ਹੈ। ਸਤਿਗੁਰੂ ਕਹਿੰਦੇ ਆ ਲਿਖਤ ਦਿਖਾਉਣ ਦੀ ਵੀ ਲੋੜ ਨਹੀਂ ਸੀ, ਸਾਨੂੰ ਜਵਾਨੀ ਯਾਦ ਹੈ, ਇਹ ਜਿਹੜਾ ਘੋੜਿਆਂ ਦਾ ਮੁੱਲ ਸੀ 11,000-13,000 ਅਸੀਂ ਦੇਣਾ, ਸਾਨੂੰ ਚੇਤੇ ਹੈ। ਕਹਿੰਦੇ ਸਾਨੂੰ ਵੀ ਚੇਤਾ ਸੀ, ਪਰ ਕਹਿੰਦੇ ਤੂੰ ਬੜੀ ਦੇਰੀ ਕਰਦੀ, ਤੂੰ ਬੜਾ ਆਲਸ ਕੀਤਾ। ਕਹਿੰਦੇ ਕਿੰਨਾ ਸਮਾਂ ਲੰਘ ਗਿਆ, ਤੂੰ ਕਹਿੰਦੇ ਆਪਣੀ ਮਾਇਆ, ਆਪਣਾ ਬਕਾਇਆ, ਆਪਣੀ ਕੀਮਤ ਘੋੜਿਆਂ ਦੀ ਇਹ ਲੈਣ ਹੀ ਨਹੀਂ ਆਇਆ। ਤੂੰ ਵੀ ਕਹਿੰਦੇ ਆਪੋ ਆਪਣੇ ਹੋਰ ਹੀ ਕੰਮਾਂ ਦੇ ਵਿੱਚ ਬਿਰਮਾਇਆ ਰਿਹਾ, ਹੋਰ ਹੀ ਕੰਮਾਂ ਦੇ ਵਿੱਚ ਲੱਗਿਆ ਰਿਹਾ, ਖਚਤ ਰਿਹਾ,
ਅਸੀਂ ਕਿੰਨੇ ਪੜਾਅ ਕੀਤੇ ਹੈ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ, ਦਮਦਮਾ ਸਾਹਿਬ ਕਿੰਨੀ ਦੇਰ ਰਹੇ ਹੈ, ਹੋਰ ਕਿੰਨੀ ਜਗ੍ਹਾ ਰੁਕਦੇ ਰੁਕਦੇ ਆਏ ਹੈ ਇੱਥੇ ਦੱਖਣ ਦੀ ਧਰਤੀ ਉੱਤੇ, ਪਰ ਤੂੰ ਕਿਤੇ ਵੀ ਨਹੀਂ ਸਾਨੂੰ ਆ ਕੇ ਮਿਲਿਆ, ਤੂੰ ਵੀ ਹੋਰ ਕੰਮਾਂ ਵਿੱਚ ਪਰਚਿਆ ਰਿਹਾ। ਕਹਿੰਦੇ ਹੁਣ ਵੀ ਭਾਈ ਇਹ ਮਾਇਆ ਤੈਨੂੰ ਅਸੀਂ ਨਹੀਂ ਆਪਣੇ ਕੋਲ ਦੇਣੀ, ਜੇ ਤੈਨੂੰ ਕਹਿੰਦੇ ਲਿਖ ਕੇ ਦੇ ਦਈਏ ਤੇ ਇੱਕ ਥਾਂ ਤੋਂ ਤੈਨੂੰ ਇਹ ਮਾਇਆ ਮਿਲ ਜਾਵੇਗੀ, ਉਹ ਥਾਂ ਦੇ ਉੱਤੇ ਜਾਣਾ ਪਊਗਾ, ਅਸੀਂ ਆਪਣਾ ਹੁਕਮਨਾਮਾ, ਅਸੀਂ ਆਪਣਾ ਹੁਕਮ ਲਿਖ ਕੇ ਦੇ ਦਿੰਦੇ ਆਪਣੇ ਸਿੱਖਾਂ ਨੂੰ, ਉਹ ਤੈਨੂੰ ਧਨ ਦੇ ਦੇਣਗੇ, ਉੱਥੇ ਜਾ ਕੇ ਤੈਨੂੰ ਮਿਲ ਜਾਵੇਗਾ। ਬਾਕੀ ਜੇ ਭਾਈ ਤੇਰੇ ਹਿਰਦੇ ਵਿੱਚ ਸਾਡੇ ਉੱਤੇ ਭਾਰੀ ਨਿਸ਼ਚਾ ਯਕੀਨ ਆ ਸਾਡੇ ਉੱਤੇ, ਫਿਰ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਅਸੀਂ ਹੁਣ ਥੋੜ੍ਹੇ ਸਮੇਂ ਬਾਅਦ ਪਰਲੋਕ ਗਮਨ ਕਰ ਜਾਣਾ, ਸੱਚਖੰਡ ਪਿਆਨਾ ਕਰ ਜਾਣਾ ਹੈ, ਸਾਡੇ ਜਾਣ ਤੋਂ 30 ਸਾਲ 30 ਵਰ੍ਹਿਆਂ ਬਾਅਦ ਕਹਿੰਦੇ ਸਾਡੇ ਖਾਲਸੇ ਦੇ ਨਿਸ਼ਾਨ ਨਗਾਰੇ, ਨਿਸ਼ਾਨ ਸਾਹਿਬ ਝੂਲਣਗੇ, ਨਗਾਰੇ ਵੱਜਣਗੇ, ਪ੍ਰਗਟ ਹੋਣਗੇ, ਪੰਥ ਖਾਲਸਾ ਭਾਰੀ ਬਲ ਦੇ ਸਹਿਤ ਹੋਵੇਗਾ, ਇਉਂ ਧਰਮ ਯੁੱਧ ਲੜਦਿਆਂ ਲੜਦਿਆਂ ਸਾਡੇ ਗੁਰੂ ਕੇ ਖਾਲਸੇ ਧਰਤੀ ਦਾ ਰਾਜ ਭਾਗ ਲੈ ਲੈਣਗੇ, ਦੁਸ਼ਮਣਾਂ ਦੇ ਨਾਲ ਜੰਗ ਕਰਕੇ ਇਹ ਰਾਜ ਭਾਗ ਪ੍ਰਾਪਤ ਕਰਨਗੇ, ਉਸ ਵੇਲੇ ਸਿੰਘਾਂ ਦੇ ਵਿੱਚੋਂ ਜਿਹੜੇ ਮੁਖੀ ਸਿੰਘ ਸਰਦਾਰ ਹੋਣਗੇ, ਉਹ ਦੇਗ ਅਤੇ ਤੇਗ ਦੇ ਬੜੇ ਧਨੀ ਹੋਣਗੇ, ਦੇਗ ਵੀ ਚਲਾਉਣਗੇ ਤੇ ਤੇਗ ਵੀ ਚਲਾਉਣਗੇ, ਦੋਵੇਂ ਵਸਤੂਆਂ ਸਤਿਗੁਰੂ ਨੇ ਸਾਨੂੰ ਬਖਸ਼ੀਆਂ, ਦੇਗ ਚਲਾਉਣੀ ਗੁਰੂ ਕਾ ਲੰਗਰ ਚਲਾਉਣਾ ਤੇ ਤੇਗ ਚਲਾਉਣੀ ਧਰਮ ਯੁੱਧ ਦੇ ਉੱਤੇ, ਜਦੋਂ ਕੋਈ ਧਰਮ ਯੁੱਧ ਦੀ ਲੋੜ ਪਵੇ, ਧਰਮ ਦੇ ਉੱਤੇ ਸੰਕਟ ਆਵੇ, ਉਸ ਵੇਲੇ ਤੇਗ ਵਾਹੁਣੀ, ਦੋਵੇਂ ਚੀਜ਼ਾਂ ਸਤਿਗੁਰੂ ਨੇ ਆਪਣੇ ਸਿੱਖਾਂ ਨੂੰ ਆਪਣੇ ਖਾਲਸੇ ਨੂੰ ਬਖਸ਼ੀਆਂ। ਜਦੋਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਕਿਸੇ ਸਿੱਖ ਦੇ ਉੱਤੇ ਪ੍ਰਸੰਨ ਹੁੰਦੇ, ਆਤਮਿਕਟ ਵਰਤੀ ਸਿੱਖ ਉੱਤੇ, ਤਾਂ ਉਹਨੂੰ ਪ੍ਰਸੰਨ ਹੋ ਕੇ ਹਮੇਸ਼ਾ ਕਹਿੰਦੇ ਭਾਈ ਗੁਰੂ ਕੇ ਲੰਗਰ ਚਲਾਈ। ਜੇ ਭਾਈ ਮੰਝ ਦੇ ਉੱਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨ ਹੋਏ ਤਾਂ ਉਹਨੂੰ ਵੀ ਹੁਕਮ ਕੀਤਾ, ਭਾਈ ਤੂੰ ਜਾ ਕੇ ਹੁਣ ਗੁਰੂ ਕੇ ਲੰਗਰਾਂ ਦੀ ਸੇਵਾ ਸਾਂਭ ਲੈ, ਸੇਵਾ ਕਰਿਆ ਕਰ, ਤੇਰੀ ਇਹ ਸੇਵਾ ਪ੍ਰਵਾਨ ਹੋਈ ਜਿਹੜੀ ਤੂੰ ਸੇਵਾ ਇੱਥੇ ਕੀਤੀ ਹੈ। ਜੇ ਭਾਈ ਰੂਪ ਚੰਦ ਉੱਤੇ, ਭਾਈ ਰੂਪੇ ਉੱਤੇ, ਭਾਈ ਸਾਧੂ ਉੱਤੇ ਪ੍ਰਸੰਨ ਹੋਏ, ਉਹਨਾਂ ਨੂੰ ਵੀ ਆਖਿਆ ਭਾਈ ਗੁਰੂ ਕੇ ਲੰਗਰ ਚਲਾਓ। ਇਉਂ ਜਿੱਥੇ ਜਿੱਥੇ ਵੀ ਸਤਿਗੁਰੂ ਜੀ ਪ੍ਰਸੰਨ ਹੁੰਦੇ ਸਿੱਖਾਂ ਦੇ ਉੱਤੇ, ਉਹਨਾਂ ਨੂੰ ਗੁਰੂ ਕੇ ਲੰਗਰਾਂ ਦੀ ਵੱਡੀ ਸੇਵਾ ਜਾਣ ਕੇ ਅਤੇ ਇਹ ਸੇਵਾ ਬਖਸ਼ਿਸ਼ ਕਰ ਦਿਆ ਕਰਦੇ ਸਨ। ਸੋ ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਤੇਗ ਦੀ ਵੀ ਬਖਸ਼ਿਸ਼ ਕੀਤੀ ਹੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੰਮ੍ਰਿਤਸਰ ਸਾਹਿਬ ਦੀ ਜਦੋਂ ਪਹਿਲੀ ਲੜਾਈ ਹੁੰਦੀ ਹੈ, ਜੰਗ ਹੁੰਦੀ ਹੈ, ਦੁਸ਼ਮਣ ਚੜ੍ਹ ਕੇ ਆਉਂਦਾ ਮੁਗਲਸ ਖਾਂ, ਬੜੀਆਂ ਤੋਪਾਂ ਉਹਦੇ ਕੋਲ, ਬੜੀਆਂ ਬੰਦੂਕਾਂ, ਬੜੇ ਹਥਿਆਰ ਹੈ, ਸਿੱਖ ਦੇਖ ਕੇ ਬਾਬਾ ਬਿਧੀ ਚੰਦ ਜੀ ਵਰਗੇ ਕਹਿਣ ਲੱਗੇ, ਮਹਾਰਾਜ ਜੇ ਕਿਤੇ ਸਾਡੇ ਕੋਲ ਵੀ ਇਹੋ ਜਿਹੀਆਂ ਤੋਪਾਂ ਹੁੰਦੀਆਂ ਨਾ ਤਾਂ ਦੁਸ਼ਮਣਾਂ ਦੇ ਪਰਖੱਚੇ ਉੱਡਦੇ ਵੇਖਦੇ ਤੁਸੀਂ, ਆ ਦੁਸ਼ਮਣ ਦੀਆਂ ਫੌਜਾਂ ਦੇ ਅਸੀਂ ਤੂਸ਼ ਉਡਾ ਦੇਣੇ ਸੀ ਐਡੀਆਂ ਐਡੀਆਂ ਤੋਪਾਂ ਚਲਾ ਕੇ, ਪਰ ਮਹਾਰਾਜ ਆਪਣੇ ਕੋਲ ਤਾਂ ਰਵਾਇਤੀ ਸ਼ਾਸਤਰ ਹੈ, ਕਿਰਪਾਨ ਹੈ, ਬਰਛੇ ਹੈ, ਆਪਣੇ ਕੋਲ ਤਾਂ ਵੱਡੇ ਹਥਿਆਰ ਨਹੀਂ ਹੈਗੇ ਨਾ। ਜੇ ਇਸ ਤਰ੍ਹਾਂ ਦੇ ਅਗਨੀ ਹਥਿਆਰ ਸਾਡੇ ਕੋਲ ਹੁੰਦੇ ਤਾਂ ਮਹਾਰਾਜ ਫਿਰ ਦੇਖਦੇ ਆਪ ਜੀ ਦੀ ਕਿਰਪਾ ਨਾਲ ਆਪਦੇ ਸਿੱਖਾਂ ਦੇ ਹੱਥ। ਗੁਰੂ ਮਹਾਰਾਜ ਉਸ ਵੇਲੇ ਕਹਿਣ ਲੱਗੇ, ਕਹਿੰਦੇ ਭਾਈ ਇਹ ਕਿੰਨੀ ਕੁ ਵੱਡੀ ਗੱਲ ਹੈ, ਕਹਿੰਦੇ ਉਹ ਸਾਹਮਣੇ ਜਿਹੜਾ ਬੇਰੀ ਦਾ ਤਣਾ ਵੱਢਿਆ ਪਿਆ ਦੇਖਦੇ ਹੋ ਸੁੱਕਾ ਹੋਇਆ, ਕਹਿੰਦੇ ਮਹਾਰਾਜ ਹਾਂ, ਕਹਿੰਦੇ ਉਹਨੂੰ ਚੱਕ ਲਿਆਓ, ਉਹ ਵਿੱਚੋਂ ਖੋਖਲਾ ਹੈ, ਉਹਦੇ ਵਿੱਚ ਭਰ ਕੇ ਕਹਿੰਦੇ ਇੱਟਾਂ ਰੋੜੇ ਵੱਟੇ ਅਤੇ ਕਹਿੰਦੇ ਜਦੋਂ ਪਲੀਤਾ ਲਾਉਂਗੇ ਨਾ ਦੁਸ਼ਮਣ ਦੀਆਂ ਤੋਪਾਂ ਦੇ ਨਾਲ, ਉਹ ਵੱਧ ਕੰਮ ਕਰੂਗੀ। ਇਸੇ ਤਰ੍ਹਾਂ ਕੀਤਾ ਗਿਆ, ਸਿੱਖਾਂ ਨੇ ਸੱਤ ਬਚਨ ਆਖਿਆ, ਉਹ ਬੇਰੀ ਦਾ ਜਿਹੜਾ ਤਣਾ ਪਿਆ ਸੀ ਨਾ ਵਿੱਚੋਂ ਖੋਖਲਾ ਸੀ, ਆਰ ਪਾਰ ਉਹਦੇ ਸੁਰਾਖ ਸੀ, ਸਿੱਖਾਂ ਨੇ ਲੋਹਗੜ ਵਾਲੀ ਜਗ੍ਹਾ 'ਤੇ, ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਗੁਰਦੁਆਰਾ ਲੋਹਗੜ ਸਾਹਿਬ ਹੈ, ਉੱਥੇ ਰੱਖ ਕੇ ਸਾਧ ਸੰਗਤ ਜੀ ਇਹਦੇ ਵਿੱਚ ਇੱਟਾਂ ਵੱਟੇ ਭਰ ਕੇ ਜਿਸ ਵੇਲੇ ਪਲੀਤਾ ਲਾਇਆ ਅਤੇ ਸਾਧ ਸੰਗਤ ਇਹਦੇ ਵਿੱਚੋਂ ਜਿਹੜੇ ਗੋਲੇ ਚੱਲੇ ਨਾ ਦੁਸ਼ਮਣ ਦੀਆਂ ਫੌਜਾਂ ਦੇ ਛੱਕੇ ਛੁਡਾ ਦਿੱਤੇ, ਇਉਂ ਮਹਾਰਾਜ ਦੇਗ ਵੀ ਖਾਲਸੇ ਨੂੰ ਬਖਸ਼ ਗਏ ਅਤੇ ਤੇਗ ਵੀ ਬਖਸ਼ ਗਏ, ਸ਼ਸਤਰ ਵਿੱਦਿਆ ਵੀ ਬਖਸ਼ ਗਏ ਅਤੇ ਸੇਵਾ ਵੀ ਬਖਸ਼ ਕੇ ਗਏ ਹੈ। ਇੱਥੇ ਵੀ ਸਤਿਗੁਰੂ ਜੀ ਕਹਿ ਰਹੇ ਹੈ, ਕਹਿੰਦੇ ਜਿਹੜਾ ਸਾਡਾ ਖਾਲਸਾ ਨਾ ਇਹ ਦੇਗ ਅਤੇ ਤੇਗ ਦਾ ਧਨੀ ਹੋਵੇਗਾ।
देगा भी चलावेगा और तेगा भी वाहेगा। खुलियां गुरु की देगा शरदाजा भी वरत्या करनगियां। और जदों ये देगा छकन वाले सिंह साढ़े दल पंथ है, जदों पंथ उत्ते भीड़ होगी उस वेले तेगा भी वाहया करनगे। और इन्हां दी देग भी इन्नी कामयाब होगी, शरदाई जिहड़ा ये जदों बनाउंदे आ ना गुरु के खालसे साध संगत पुरातन समय विच, तां उस वेले जिहड़ियां इह शहीदी देगा बनाउंदे, शहीदी देगा बनाउण तों बाद जदों कपड़े दे राहीं पुणदे उहनूं, जदों निहंग सिंह पुणदे आ ना उस वेले इह नहीं कहिंदे कपड़े दीआं कन्नियां फड़ो, कहिंदे शेर दे कन्न फड़ो। ते उह जदों पुणदे आ ਜਿਹੜਾ ਬਾਕੀ ਪਦਾਰਥ ਖਾਸ ਖਾਸ ਆਦਿਕ ਬਦਾਮ ਵਗੈਰਾ ਜਿਹੜੇ ਘੁੱਟ ਕੇ ਪਾਏ ਹੁੰਦੇ ਆ, ਰਹਿ ਜਾਂਦੇ ਆ, ਜਲ ਹੇਠਾਂ ਨੁਚੜ ਜਾਂਦਾ, ਉਹਦਾ ਇੱਕ ਗੋਲਾ ਵੱਟ ਲੈਂਦੇ ਆ ਨਿਚੋੜਦੇ ਹੋਏ। ਉਹ ਗੋਲਾ ਵੱਟ ਕੇ ਹਮੇਸ਼ਾ ਹੀ ਗੁਰੂ ਕੇ ਸਿੱਖਾਂ ਨੇ ਦਿੱਲੀ ਵੱਲ ਨੂੰ ਮੂੰਹ ਕਰਕੇ, ਲਾਲ ਕਿਲੇ ਵੱਲ ਨੂੰ, ਦੁਸ਼ਮਣਾਂ ਵੱਲ ਨੂੰ ਮੂੰਹ ਕਰਕੇ ਅਤੇ ਇਹ ਬੋਲੇ ਵਿਚਾਰਦੇ ਸੀ। ਅੱਜ ਵੀ ਦਲਾਂ ਪੰਥਾਂ ਦੇ ਵਿੱਚ ਇਹ ਮਰਿਆਦਾ ਕਾਇਮ ਹੈ। ਉਦੋਂ ਗੁਰੂ ਕਾ ਖਾਲਸਾ ਇੱਕ ਨਿਹੰਗ ਸਿੰਘ ਫਿਰ ਗੱਜ ਕੇ ਕਹਿੰਦਾ ਹੈ ਕਿ ਆਇਆ ਤੁਰਕਾ ਨੁਗਦਾ ਤੇਰੇ ਬਾਲ ਬੱਚੇ ਨੂੰ ਚੁਗਦਾ, ਆਇਆ ਤੁਰਕਾ ਗੋਲਾ ਤੇਰਾ ਨਾ ਕੰਧ ਛੱਡੂ ਨਾ ਕੌਲਾ। ਇਉਂ ਗੜਗੱਜ ਖਾਲਸੇ ਇਹ ਬੋਲ ਬੋਲੇ, ਅੱਜ ਵੀ ਬੋਲਦੇ। ਸੋ ਸਤਿਗੁਰੂ ਨੇ ਖਾਲਸਿਆਂ ਨੂੰ ਦੇਖਦੇ ਵੀ ਧਨੀ ਬਣਾਇਆ ਅਤੇ ਤੇਗਦੇ ਵੀ ਧਨੀ ਬਣਾਇਆ। ਗੁਰੂ ਕੇ ਲੰਗਰ ਦੀਆਂ ਵੀ ਬਖਸ਼ਿਸ਼ਾਂ ਕੀਤੀਆਂ ਅਤੇ ਤੇਗਾਂ ਵਾਹੁਣ ਦਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਰਦਾਨ ਆਪਣੇ ਖਾਲਸੇ ਨੂੰ ਦਿੰਦੇ ਹੋਏ ਇੱਥੇ ਵੀ ਕਹਿ ਰਹੇ ਹੈ ਉਸ ਧਨੀ ਪਠਾਣ ਨੂੰ। ਕਹਿੰਦੇ ਜਦੋਂ ਸਾਡੇ ਖਾਲਸਿਆਂ ਦਾ ਰਾਜ ਹੋਵੇਗਾ ਦੇਗ ਤੇਗਦੇ ਬਹੁਤ ਧਨੀ ਸਰਦਾਰ ਹੋਣਗੇ। ਜਿਹੜਾ ਕਹਿੰਦੇ ਅਸੀਂ ਤੈਨੂੰ ਲਿਖ ਕੇ ਦਿੱਤਾ ਨਾ ਉਸ ਵੇਲੇ, ਕਹਿੰਦੇ ਜਦੋਂ ਤੂੰ ਸਾਡੇ ਸਿੱਖਾਂ ਸਰਦਾਰਾਂ ਨੂੰ ਜਥੇਦਾਰਾਂ ਨੂੰ ਜਾ ਕੇ ਦਿਖਾਵੇਂਗਾ, ਕਹਿੰਦੇ ਵਿਆਜ ਸਮੇਤ ਤੂੰ ਜਾਂ ਤੇਰੇ ਪੁੱਤ ਪੋਤੇ ਜਿਹੜੇ ਵੀ ਉਸ ਵੇਲੇ ਹੋਣਗੇ ਜਾ ਕੇ ਦਿਖਾਉਣਗੇ ਨਾ ਸਾਡੇ ਖਾਲਸੇ ਤੋਂ ਵਿਆਜ ਦੇ ਸਮੇਤ ਇਹ ਧਨ ਪ੍ਰਾਪਤ ਕਰ ਲਵੇਗਾ। ਉਸ ਵੇਲੇ ਪਠਾਨ ਬੜਾ ਸ਼ਰਧਾਵਾਨ ਵੀ ਸੀ, ਮਹਾਰਾਜ ਉੱਤੇ ਯਕੀਨ ਵੀ ਬੜਾ ਕਰਦਾ ਸੀ, ਹੱਥ ਜੋੜ ਕੇ ਕਹਿਣ ਲੱਗਾ, ਹੱਥ ਜੋੜੇ ਕਹਿੰਦਾ ਮਹਾਰਾਜ ਦਿੱਤੇ ਹੋਏ ਧਨ ਦਾ, ਦਿੱਤੀ ਹੋਈ ਰਕਮ ਦਾ ਵਿਆਜ ਲੈਣਾ ਇਹ ਸਾਡੇ ਧਰਮ ਦੇ ਵਿੱਚ ਨਹੀਂ ਹੈ, ਸਾਡੇ ਇਮਾਨ ਦੇ ਵਿੱਚ ਨਹੀਂ ਹੈ। ਮਹਾਰਾਜ ਸਾਡਾ ਧਰਮ ਤਾਂ ਆਗਿਆ ਨਹੀਂ ਦਿੰਦਾ ਪਰ ਫਿਰ ਵੀ ਮੈਂ ਆਪ ਜੀ ਦੀ ਆਗਿਆ ਨੂੰ ਮੋੜ ਨਹੀਂ ਸਕਦਾ। ਬਸ ਮਹਾਰਾਜ ਜਿਹੜੀ ਆ 11,000 ਰੁਪਈਆ ਕੀਮਤ ਉਹਨਾਂ ਘੋੜਿਆਂ ਦੀ ਬਣਦੀ ਹੈ ਨਾ ਉਹੀ ਮੈਂ ਤਾਂ ਲੋੜਦਾ, ਉਹੀ ਲੈਣਾ ਚਾਹੁੰਦਾ ਹਾਂ। ਸਤਿਗੁਰੂ ਜੀ ਇਹ ਪਠਾਨ ਦੀ, ਇਸ ਅਮੀਰ ਵਿਅਕਤੀ ਜਿਹੜਾ ਘੋੜਿਆਂ ਦਾ ਸੁਦਾਗਰ ਹੈ, ਉਹਦੀ ਗੱਲ ਸੁਣ ਕੇ, ਵਚਨ ਸੁਣ ਕੇ ਬੜੇ ਪ੍ਰਸੰਨ ਹੋਏ ਵੀ ਬੜਾ ਧਰਮ ਦਾ ਪੱਕਾ ਬੰਦਾ, ਵਿਆਜ ਨਹੀਂ ਲੈਣਾ ਚਾਹੁੰਦਾ। ਨਹੀਂ ਵਿਆਜ ਕੌਣ ਛੱਡਦਾ ਖਾਲਸਾ ਜੀ, ਉਹਨਾਂ ਮੁਗਲ ਪਠਾਣਾਂ ਦੀ ਗੱਲ ਛੱਡੋ, ਅੱਜ ਸਾਡੇ ਸਿੱਖ ਨੇ ਕਿਸੇ ਸਿੱਖ ਨੂੰ ਕੋਈ ਮਦਦ ਔਖੇ ਵੇਲੇ ਕਰਨੀ ਹੋਵੇ ਨਾ ਅਤੇ ਜਿੰਨਾ ਬਣਦਾ ਲੋੜੀਂਦਾ ਹੁੰਦਾ ਦੁਨੀਆ ਵਿੱਚ ਚੱਲਦਾ ਉਹ ਤੋਂ ਵੀ ਦੁੱਗਣਾ ਚੌਗਣਾ ਵਿਆਜ ਠੋਕਦੇ ਆ ਵੀ ਅੱਜ ਇਹ ਫਸਿਆ ਹੋਇਆ, ਫਸਿਆ ਹੋਇਆ ਆਪੇ ਦੇਊਗਾ। ਅੱਜ ਸਿੱਖ ਸਿੱਖਾਂ ਤੋਂ ਵਿਆਜ ਲੈਂਦੇ ਆ ਪਰ ਸਤਿਗੁਰੂ ਦੇ ਰਹਿਤਨਾਮਿਆਂ ਦੇ ਵਿੱਚ ਇਹ ਵਚਨ ਹੈ ਵੀ ਸਿੱਖ ਸਿੱਖ ਦੀ ਮਦਦ ਕਰੇ ਪਰ ਕਦੇ ਵਿਆਜ ਦਾ ਪੈਸਾ ਨਾ ਖਾਵੇ। ਪਰ ਅੱਜ ਸਾਡਾ ਲਾਣਾ ਤਾਂ ਕੋਹਾਂ ਦੂਰ ਹੈ ਇਸ ਗੱਲ ਤੋਂ, ਹੋਊਗਾ ਗੁਰੂ ਦੀ ਗੋਲਕ ਦਾ ਪੈਸਾ ਕਿਸੇ ਨੂੰ ਦੇਣਾ ਹੋਵੇ ਉਹ ਵੀ ਗਾਹਾਂ ਵਿਆਜ 'ਤੇ ਦੇਣਗੇ। ਇੰਨੇ ਅਸੀਂ ਪੈਸੇ ਦੇ ਪੁੱਤ ਬਣ ਗਏ ਹਾਂ ਅੱਜ, ਪਰ ਉਹ ਧਾਨਾ ਪਠਾਨ ਜਿਹੜਾ ਗੁਰੂ ਦੀ ਖੁਸ਼ੀ ਲੈ ਰਿਹਾ। ਮਹਾਰਾਜ ਬੜੇ ਪ੍ਰਸੰਨ ਹੋਏ ਇਹਦੇ ਉੱਤੇ ਜਦੋਂ ਇਹਨੇ ਆਖਿਆ ਮਹਾਰਾਜ ਸਾਡੇ ਇਸਲਾਮ ਦੇ ਵਿੱਚ ਵਿਆਜ ਲੈਣਾ ਜਿਹੜਾ ਇਹ ਇਸਲਾਮ ਇਜਾਜ਼ਤ ਨਹੀਂ ਦਿੰਦਾ, ਧਰਮ ਸਾਡਾ ਇਜਾਜ਼ਤ ਨਹੀਂ ਦਿੰਦਾ। ਗੁਰੂ ਸਾਹਿਬ ਬੜੇ ਪ੍ਰਸੰਨ ਹੋ ਕੇ ਆਖਣ ਲੱਗੇ, ਕਹਿੰਦੇ ਸ਼ਾਬਾਸ਼ ਪਠਾਨ ਪੁੱਤਰ, ਸ਼ਾਬਾਸ਼ ਹੈ ਤੇਰੇ, ਕਹਿੰਦੇ ਤੂੰ ਬੜਾ ਆਪਣੇ ਧਰਮ ਦੇ ਉੱਤੇ ਪਰਪੱਕ ਹੈ, ਆਪਣਾ ਇਮਾਨ ਰੱਖਿਆ ਹੋਇਆ ਮਹਾਨ ਹੀ। ਇਹ ਜਿਹੜਾ ਕਾਗਜ਼ ਸਾਡੇ ਹੱਥ ਦੀ ਲਿਖਤ ਹੈ, ਕਹਿੰਦੇ ਹੁਣ ਇਉਂ ਕਰੀ 30 ਸਾਲਾਂ ਬਾਅਦ ਹੀ ਲਈਏ ਆਪਣੀ ਮਾਇਆ, ਜਦੋਂ ਸਾਡੇ ਸਿੰਘਾਂ ਸਰਦਾਰਾਂ ਨੂੰ ਜਾ ਕੇ ਦਿਖਾਏਗਾ ਸਭ ਮੰਨਣਗੇ, ਦੀ ਪੂਜਾ ਕਰਨਗੇ ਕਾਗਜ਼ ਨੂੰ ਦੇਖ ਕੇ, ਤੇਰਾ ਵੀ ਸਤਿਕਾਰ ਕਰਨਗੇ। ਔਰ ਸਾਡੇ ਸਿੰਘਾਂ ਸਰਦਾਰਾਂ ਤੋਂ ਜਾ ਕੇ ਕਹਿੰਦੇ ਧਨ ਲੈ ਲਵੀ, ਕਹਿੰਦੇ ਦੁੱਗਣਾ ਚੌਗਣਾ ਕੀ 10 ਗੁਣਾ ਤੈਨੂੰ ਧਨ ਸਾਡੇ ਸਿੱਖ ਦੇ ਦੇਣਗੇ।
कहिंदे हुण मन नूं टिकाणे रख, हुण तूं इहदी मंग ना कर, इच्छा ना कर, अज तों 30 सालां बाद साडे सिखां तों लै लवीं। कहिंदे जिहड़ी तेरी संतान होऊ ना, तेरी कुल दे विचों अगे तेरे पुत पोते होणगे, उहनां नूं साडा खालसा इन्ना धन देऊ, प्रसन्न हो के कहिंदे उहनां दा बहुत तकड़ा गुजारा चलूगा। कोई संसा ना करो, कोई शंका ना कर, कोई मन दे विच चिंता ना रख, उहनां नूं बहुत धन मिलेगा। शरदा वाला सी पठान महाराज दे वचनां ते भरोसा करके महाराज नूं मत्था टेकदा शरदा नाल, हाथ जोड़ के सतगुरु जी तों विदा हो गया। जदों खालसा जी खालसा राज होया, खालसा बहुत भारा प्रगट होया, सारे पासे सिक्का चलिया, दुश्मनां नूं मार के खालसे ने राज भाग प्राप्त कर लिया। उस वेले इहदे जिहड़े पुत पोते सी सरदारां दे कोल गए, जदों गुरु के खालसिआं नूं जथेदारां नूं जा के सतगुरु दी लिखत दिखाई ना, बड़े प्रसन्न होए भी तुसीं गुरु साहब ते किन्ना भरोसा कीता और किन्ना समय तो तुसीं उड़ीकिया, धन दी उसे वेले मंग नहीं कीती, नहीं तां महाराज दे सिख भी बहुत सन, सिख कहाउण वाले महाराज दे घोड़े दीआं वागां फड़ लईआं सी मालवे विच बराड़ां ने। कहिंदे महाराज तनखाह देवोंगे तां अगे जाण देवांगे, नहीं खड़ जाओ इत्थे, छत्तेआणा गुरद्वारा साहिब है जिथे, छत्तेआणा नगर मालवे विच गुप्तसर गुरद्वारा साहिब, ਉੱਥੇ ਮਹਾਰਾਜ ਨੇ ਫਿਰ ਗੁਪਤ ਧਨ ਦੇ ਕੇ ਢਾਲੇ ਭਰ ਭਰ ਕੇ ਸਰਦਾਰਾਂ ਨੂੰ ਸਿੰਘਾਂ ਨੂੰ ਵਰਤਾਏ ਸੀ। ਉੱਥੇ ਹੀ ਭਾਈ ਦਾਨ ਸਿੰਘ ਨੂੰ ਵਚਨ ਕੀਤਾ ਸੀ ਵੀ ਬਰਾੜਾ ਆ ਜਾ, ਦਾਨ ਸਿੰਘ ਤੂੰ ਵੀ ਲੈ ਲਾ ਧਨ। ਕਹਿੰਦਾ ਨਹੀਂ ਮਹਾਰਾਜ, ਤੁਹਾਡੀ ਸਿੱਖੀ ਚਾਹੀਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮਾਝੇ ਨੂੰ ਸਿੱਖੀ ਵਿੱਚੋਂ ਅਸੀਂ ਖਾਰਜ ਕਰ ਦਿੱਤਾ ਸੀ ਵਿਦਾਵਾ ਲਿਖਣ ਕਰਕੇ, ਉਹ ਸਿੱਖੀ ਭਾਈ ਮਹਾਂ ਸਿੰਘ ਨੇ ਰੱਖ ਲਈ, ਅਤੇ ਜੇ ਦਾਨ ਸਿੰਘ ਅੱਜ ਤੂੰ ਅੱਗੇ ਨਾ ਆਉਂਦਾ ਨਾ, ਸਿੱਖੀ ਨਾ ਮੰਗਦਾ, ਆਹ ਮਾਲਵੇ ਦੇ ਸਿੱਖਾਂ ਨੂੰ ਵੀ ਅਸੀਂ ਸਿੱਖੀ ਤੋਂ ਖਾਰਜ ਕਰ ਦੇਣਾ ਸੀ, ਪਰ ਮਾਲਵੇ ਵਿੱਚ ਜਿਵੇਂ ਮਾਝੇ ਦੇ ਸਿੱਖੀ ਮਹਾਂ ਸਿੰਘ ਨੇ ਰੱਖੀ, ਮਾਲਵੇ ਦੀ ਸਿੱਖੀ ਦਾਨ ਸਿੰਘਾਂ ਤੈਂ ਰੱਖ ਲਈ ਹੈ। ਇਹ ਮਹਾਰਾਜ ਨੇ ਸਿੱਖੀ ਬਖਸ਼ਿਸ਼ ਕੀਤੀ ਸੀ। ਆਪਣੇ ਜਿਹੜੇ ਨੇੜਲੇ ਸਿੱਖ ਕਹਾਉਣ ਵਾਲੇ ਉਹ ਮਹਾਰਾਜ ਤੋਂ ਧਨ ਦੀ ਮੰਗ ਕਰ ਲੈਂਦੇ, ਪਰ ਆਹ ਪਠਾਨ ਨੇ ਇੰਨਾ ਜੇਰਾ ਰੱਖਿਆ, ਸਰਦਾਰ ਬੜੇ ਖੁਸ਼ ਹੋਏ। ਮਹਾਰਾਜ ਦੇ ਹੁਕਮਨਾਮੇ ਦੇ ਸਤਿਕਾਰ ਵਿੱਚ ਹੀ ਅੱਜ ਵੀ ਖਾਲਸਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਜੇ ਕੋਈ ਜੀਵਨ ਦੇ ਨਾਲ ਸੰਬੰਧਿਤ ਨਿਸ਼ਾਨੀਆਂ ਕਿਸੇ ਕੋਲ ਵੀ ਪਈਆਂ, ਚਾਹੇ ਮੁਸਲਮਾਨਾਂ ਕੋਲ ਹੈ, ਚਾਹੇ ਹਿੰਦੂ ਵੀਰਾਂ ਕੋਲ ਹੈ, ਚਾਹੇ ਸਿੱਖਾਂ ਦੇ ਘਰ ਵਿੱਚ ਹੈ, ਗੁਰੂ ਕੇ ਸਿੱਖ ਐਵੇਂ ਨਹੀਂ ਜਾ ਕੇ ਵੀ ਬਸ ਦੇਖ ਕੇ ਮੁੜ ਆਉਣਗੇ, ਸ਼ਰਧਾ ਭਾਵਨਾ ਦੇ ਨਾਲ ਦਰਸ਼ਨੀ ਭੇਟਾ ਰੱਖ ਕੇ ਆਉਂਦੇ ਆ ਉੱਥੇ। ਉਸ ਵੇਲੇ ਦੇ ਸਿੱਖਾਂ ਸਰਦਾਰਾਂ ਜਥੇਦਾਰਾਂ ਨੇ ਵੀ ਪ੍ਰਸੰਨ ਹੋ ਕੇ ਇਹ ਪਠਾਨ ਦੀ ਇਮਾਨਦਾਰੀ ਤੋਂ, ਪਠਾਨ ਦੀ ਸ਼ਰਧਾ ਤੋਂ ਬਹੁਤ ਧਨ ਇਹਨਾਂ ਨੂੰ ਬਖਸ਼ਿਆ। ਇਸ ਪਠਾਨ ਦੀਆਂ ਕੁਲਾਂ ਜਿਹੜੀਆਂ ਬਹੁਤ ਧਨੀ ਹੋਈਆਂ, ਸਾਰੇ ਸਿੰਘਾਂ ਨੇ ਬੜਾ ਆਦਰ ਸਤਿਕਾਰ ਕੀਤਾ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਉੱਥੇ ਕੌਤਕ ਕਰਦੇ ਹੈ, ਭਲੀ ਪ੍ਰਕਾਰ ਕਰਕੇ ਦਿਨ ਬਤੀਤ ਹੋ ਰਹੇ ਹਨ। ਸਤਿਗੁਰੂ ਜੀ ਜਾਣਦੇ ਹਨ ਕਿ ਸਾਡਾ ਇਸ ਲੋਕ ਤੋਂ ਪਰਲੋਕ ਜਾਣ ਦਾ, ਸੱਚਖੰਡ ਜਾਣ ਦਾ ਸਮਾਂ ਨੇੜੇ ਆ ਗਿਆ ਹੈ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਕੋਲ ਜਿੱਥੇ ਹੋਰ ਬਹੁਤ ਸਾਰੀਆਂ ਸੰਗਤਾਂ ਆਉਂਦੀਆਂ, ਸਾਧੂਆਂ ਦਾ, ਉਦਾਸੀਆਂ ਦਾ ਇੱਕ ਟੋਲਾ, ਇੱਕ ਉਹਨਾਂ ਦੀ ਜਮਾਤ ਵੀ ਆ ਉਤਰੀ। ਸਤਿਗੁਰੂ ਜੀ ਨੂੰ ਆ ਕੇ ਨਮਸਕਾਰ ਕੀਤੀ, ਵੰਦਨਾ ਕੀਤੀ, ਅਤੇ ਇੱਥੇ ਹੀ ਸਤਿਗੁਰੂ ਜੀ ਕੋਲ ਵਿਰਾਜਮਾਨ ਹੋ ਗਏ। ਇੱਥੇ ਰਹਿਣ ਲੱਗ ਪਏ ਕਿਉਂਕਿ ਸ਼ਕਣ ਛਕਾਉਣ ਵਾਲੇ ਮਹਾਰਾਜ ਕੋਲ ਬਹੁਤ ਆਉਂਦੇ ਸੀ, ਖੁੱਲ੍ਹੇ ਗੱਫੇ ਵਰਤਦੇ, ਖੁੱਲ੍ਹੇ ਗੱਫੇ ਤਿਆਰ ਹੁੰਦੇ, ਅਤੇ ਗੁਰੂ ਕੇ ਲੰਗਰਾਂ ਵਿੱਚ ਕੋਈ ਵੀ ਆ ਕੇ ਛਕ ਲਏ, ਕਿਸੇ ਦੇ ਨਾਲ ਕੋਈ ਦਵੈਸ਼ ਨਹੀਂ, ਕੋਈ ਈਰਖਾ ਨਹੀਂ, ਕਿਸੇ ਨੂੰ ਮਨ੍ਹਾ ਨਹੀਂ ਕੀਤਾ ਜਾਂਦਾ, ਨਾ ਹੀ ਕੀਤਾ ਜਾ ਸਕਦਾ ਹੈ। ਸਤਿਗੁਰੂ ਨੇ ਇਹ ਰੀਤੀ ਲੰਗਰ ਦੀ ਮਰਿਆਦਾ ਹੀ ਇਸ ਤਰ੍ਹਾਂ ਦੀ ਬਖਸ਼ੀ ਹੈ, ਚਾਹੇ ਦੁਸ਼ਮਣ ਵੀ ਆ ਜਾਵੇ ਨਾ, ਜਦੋਂ ਗੁਰੂ ਕਾ ਲੰਗਰ ਤਿਆਰ ਹੁੰਦਾ, ਗੁਰੂ ਕੇ ਸਿੰਘ ਪੁਰਾਤਨ ਸਮਿਆਂ ਵਿੱਚ ਵੀ ਆਵਾਜ਼ਾਂ ਮਾਰਦੇ, ਭਾਈ ਜੇ ਕੋਈ ਭੁੱਖਾ ਹੈ, ਦੁਸ਼ਮਣ ਹੈ, ਦੋਸਤ ਹੈ, ਜਿਹੜਾ ਵੀ ਹੈ, ਜਿਹਨੂੰ ਵੀ ਭੁੱਖ ਲੱਗੀ ਹੈ, ਗੁਰੂ ਕਾ ਲੰਗਰ ਤਿਆਰ ਹੈ, ਭਾਈ ਆ ਕੇ ਛਕ ਸਕਦਾ ਹੈ। ਗੁਰੂ ਕਾ ਨਿਸ਼ਾਨ ਸਾਹਿਬ ਝੂਲਦਾ ਨਾ ਜਿਹੜਾ,
ਇਹ ਫਰਲਾ ਝੂਲਦਾ ਹੋਇਆ ਇਹ ਵੀ ਆਵਾਜ਼ਾਂ ਮਾਰਦਾ, ਭਾਈ ਜੇ ਕੋਈ ਭੁੱਖਾ ਹੈ ਤਾਂ ਉਹਨੂੰ ਇੱਥੋਂ ਭੋਜਨ ਮਿਲੇਗਾ, ਜੇ ਕਿਸੇ ਕੋਲ ਰਹਿਣ ਵਾਸਤੇ ਟਿਕਾਣਾ ਨਹੀਂ ਉਹਨੂੰ ਰਹਿਣ ਵਾਸਤੇ ਸਰਾਂ ਵੀ ਮਿਲੇਗੀ, ਕਮਰਾ ਵੀ ਮਿਲੇਗਾ। ਇਹ ਮਹੱਤਵ ਹੈ ਨਿਸ਼ਾਨ ਸਾਹਿਬ ਦਾ। ਔਰ ਚਾਰ ਤਾਰਾਂ ਖਿੱਚ ਕੇ ਲਾਈਆਂ ਹੁੰਦੀਆਂ, ਇਹਨਾਂ ਦਾ ਮਹੱਤਵ ਹੈ। ਖੱਤਰੀ ਆਵੇ, ਬ੍ਰਾਹਮਣ ਆਵੇ, ਸੂਦ ਆਵੇ, ਵੈਸ਼ ਆਵੇ, ਕੋਈ ਉੱਤਰ 'ਚੋਂ ਆਵੇ, ਦੱਖਣ 'ਚੋਂ ਆਵੇ, ਪੂਰਬ ਵਿੱਚੋਂ ਆਵੇ, ਪੱਛਮ ਵਿੱਚੋਂ ਆਵੇ, ਸਾਰਿਆਂ ਵਾਸਤੇ ਗੁਰੂ ਦਾ ਸਾਂਝਾ ਦਰ ਹੈ, ਸਾਰਿਆਂ ਵਾਸਤੇ ਸਾਂਝਾ ਸੁਨੇਹਾ ਦੇ ਰਿਹਾ। ਇੱਥੇ ਤੁਹਾਨੂੰ ਬਾਣੀ ਵੀ ਮਿਲੇਗੀ ਪੜ੍ਹਨ ਨੂੰ, ਮਨ ਦੀ ਖੁਰਾਕ ਵੀ ਮਿਲੇਗੀ, ਜੇ ਸਰੀਰਕ ਤੌਰ 'ਤੇ ਭੁੱਖੇ ਹੋ ਤਾਂ ਤਨ ਦੀ ਖੁਰਾਕ ਵੀ ਮਿਲੇਗੀ। ਇਉਂ ਭਾਈ ਗੁਰੂ ਕੇ ਲੰਗਰ ਹੈ ਨਾ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਰਿਆਂ ਵਾਸਤੇ ਇਹ ਸਾਂਝੇ ਹੀ ਵਰਤਾਏ ਹੈ। ਔਰ ਬਹੁਤ ਸਾਰੇ ਜਿਹੜੇ ਇਹ ਉਦਾਸੀ ਸਾਧੂ ਸਤਿਗੁਰੂ ਕੋਲ ਆ ਕੇ ਰਹੇ, ਅਤੇ ਇਹ ਵੀ ਇਤਿਹਾਸ ਦੇ ਵਿੱਚ ਯਾਦ ਰੱਖਣ ਯੋਗ ਗੱਲ ਹੈ ਕਿ ਹਜ਼ੂਰ ਸਾਹਿਬ ਤਖ਼ਤ ਸਾਹਿਬ ਦਾ ਪ੍ਰਬੰਧ ਵੀ ਬਹੁਤ ਲੰਮਾ ਸਮਾਂ ਉਦਾਸੀ ਸਾਧੂਆਂ ਦੇ ਕੋਲ ਰਿਹਾ। ਉਹ ਉਦਾਸੀ ਸਾਧੂ ਅੰਮ੍ਰਿਤ ਵੀ ਛਕਦੇ, ਉਦਾਸੀ ਵੀ ਅਤੇ ਨਿਰਮਲੇ ਵੀ ਅੰਮ੍ਰਿਤ ਛਕਿਆ ਕਰਦੇ। ਪਰ ਅੱਜ ਸਾਧ ਸੰਗਤ ਜੀ ਹੈ ਤਾਂ ਇਹ ਸਾਡੀਆਂ ਸਿੱਖ ਪੰਥ ਦੀਆਂ ਸ਼ਖਾਵਾਂ, ਪਰ ਇਹਨਾਂ ਵਿੱਚ ਵੀ ਕੁਰੀਤੀਆਂ ਬਹੁਤ ਆ ਗਈਆਂ, ਸਿਰਫ ਇਕੱਲੇ ਧੂੜੇ ਲਾਉਣ ਜੋਗੇ ਰਹਿ ਗਏ ਹੈ। ਜਾਂ ਹੋਰ ਦੇਵੀ ਦੇਵਤਿਆਂ ਦੀ ਪੂਜਾ ਦੇ ਵਿੱਚ ਆਪ ਵੀ ਲੱਗੇ ਆ ਅਤੇ ਲੋਕਾਂ ਨੂੰ ਵੀ ਗੁੰਮਰਾਹ ਕਰਕੇ ਆਪਣੀ ਪੂਜਾ ਪ੍ਰਤਿਸ਼ਠਾ ਕਰਾਉਣ ਵਾਲੇ ਜ਼ਿਆਦਾ ਗਏ। ਹਾਂ, ਸੱਚ ਦਾ ਬੀਜ ਨਾਸ਼ ਨਹੀਂ ਹੁੰਦਾ, ਉਸੇ ਪ੍ਰਪਾਟੀ ਉੱਤੇ ਚੱਲਣ ਵਾਲੇ ਵੀ ਬਹੁਤ ਹਨ, ਉਹਨਾਂ ਦਾ ਸਤਿਕਾਰ ਹੈ। ਸੋ ਇਸ ਪ੍ਰਕਾਰ ਬਹੁਤ ਸਾਰੇ ਸਾਧੂ ਸਤਿਗੁਰ ਕੋਲ ਆ ਕੇ ਰਹਿਣ ਲੱਗ ਪਏ। ਸਤਿਗੁਰੂ ਸੱਚੇ ਪਾਤਸ਼ਾਹ ਦਾ ਉਪਦੇਸ਼ ਲੈਂਦੇ ਆ, ਨਾਮ ਸਿਮਰਨ ਕਰਦੇ ਹਨ, ਔਰ ਦੇਖ ਦੇਖ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਗੁਰੂ ਕੇ ਲੰਗਰ ਜਿਸ ਵੇਲੇ ਵਰਤਦੇ ਹਨ, ਉਸ ਵੇਲੇ ਹਮੇਸ਼ਾ ਹੀ ਗੁਰੂ ਕੇ ਲੰਗਰਾਂ ਦੇ ਵਿੱਚ ਬਹੁਤ ਰੌਲਾ ਰੱਪਾ ਪੈਂਦਾ। ਜਦੋਂ ਗੁਰੂ ਕਾ ਲੰਗਰ ਵਰਤਣ ਲੱਗਦਾ ਬਹੁਤ ਰੌਲਾ ਰੱਪਾ ਪੈਂਦਾ ਹੈ, ਕਿਉਂਕਿ ਸਾਧ ਸੰਗਤ ਜੀ ਸ਼ਕਣ ਛਕਾਉਣ ਵਾਸਤੇ ਮਨਾਹੀ, ਕਿਸੇ ਨੂੰ ਜਿਹੜਾ ਮਰਜ਼ੀ ਆ ਜਾਏ ਗੁਰੂ ਕੇ ਲੰਗਰਾਂ ਦੇ ਵਿੱਚ, ਕਿਸੇ ਨੂੰ ਮਨ੍ਹਾ ਨਹੀਂ ਕੀਤਾ ਜਾ ਸਕਦਾ, ਪੂਰਵੋਕਤਾ ਆਪਾਂ ਵਿਚਾਰ ਕਰ ਹੀ ਚੁੱਕੇ ਹੈ। ਸੋ ਸ਼ਕਣ ਛਕਾਉਣ ਵਾਲੇ ਗੁਰੂ ਘਰ ਦੇ ਵਿੱਚ ਆ ਹੀ ਜਾਂਦੇ ਆ, ਰੌਲਾ ਰੱਪਾ ਵੀ ਉਹ ਪਾਉਣ ਵਾਲੇ ਆ ਹੀ ਜਾਂਦੇ ਆ। ਇਹ ਹੁਣ ਦੀ ਗੱਲ ਨਹੀਂ, ਪਹਿਲਾਂ ਤੋਂ ਹੀ ਹੈ, ਇਹ ਹੁਣ ਨਹੀਂ ਵੀ ਹੁਣ ਹੀ ਸ਼ਕਣ ਛਕਾਉਣ ਵਾਲੇ, ਗੋਲਕਾਂ ਦਾ ਪੈਸਾ ਛਕਣ ਵਾਲੇ ਹੁਣ ਗੁਰੂ ਘਰ ਦੇ ਵਿੱਚ ਆਉਂਦੇ ਹੈ। ਉਸ ਇਹ ਪੁਰਾਣੇ ਸਮਿਆਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਕੋਲ ਆ ਜਾਂਦੇ ਸੀ ਅਤੇ ਗੁਰੂ ਸਾਹਿਬ ਬੇਪਰਵਾਹ ਕਿਸੇ ਨੂੰ ਰੋਕਦੇ ਨਹੀਂ ਸੀ। ਅੱਜ ਵੀ ਸਾਧ ਸੰਗਤ ਜੀ, ਹੁਣ ਕੋਈ ਬਹੁਤਾ ਹੋਰ ਤਾਂ ਨਹੀਂ ਕੋਈ ਰੌਲਾ ਹੁੰਦਾ, ਰੌਲਾ ਰੱਪਾ ਪੈਣ ਦਾ ਕਾਰਨ ਛਕਣਾ ਛਕਾਉਣਾ ਹੀ ਹੁੰਦਾ। ਕੁਝ ਜਿਹੜੇ ਦੁਨਿਆਵੀ ਪਦਾਰਥ ਜਿਹੜੇ ਬਣੇ ਹੁੰਦੇ ਆ, ਉਹਨਾਂ ਛਕਣ ਛਕਾਉਣ ਪਿੱਛੇ ਲੜਾਈ ਪੈ ਜਾਂਦੀ ਆ ਕਦੇ, ਅਤੇ ਕਿਤੇ ਸਾਧ ਸੰਗਤ ਲੜਾਈਆਂ ਗੋਲਕਾਂ ਦੀਆਂ, ਪ੍ਰਧਾਨਗੀਆਂ ਦੀਆਂ ਲੜਾਈਆਂ ਹੀ ਹੁੰਦੀਆਂ, ਹੋਰ ਨਹੀਂ ਤਾਂ ਸੇਵਾ ਤਾਂ ਕੋਈ ਵੀ ਆ ਕੇ ਕਰ ਸਕਦਾ। ਕਹਿਣਗੇ ਜੀ ਇਸ ਵਾਰੀ ਦੀ ਸੇਵਾ ਸਾਨੂੰ ਬਖਸ਼ੋ। ਹੁਣ ਸੇਵਾ ਕਾਹਦੀ ਕਰਨੀ ਹੁੰਦੀ ਹੈ, ਛਕਣਾ ਛਕਾਉਣਾ ਹੀ ਹੁੰਦਾ। ਅੱਜ ਇਲੈਕਸ਼ਨ ਦਾ ਸਮਾਂ ਚੱਲ ਰਿਹਾ, ਹਰੇਕ ਪਾਰਟੀ ਵਾਲੇ ਆ ਕੇ ਆਖਣਗੇ ਜੀ ਸਾਨੂੰ ਸੇਵਾ ਦਾ ਮੌਕਾ ਬਖਸ਼ ਦਿਓ। ਐਤਕੀ ਹੁਣ 5 ਸਾਲ ਅਸੀਂ ਸੇਵਾ ਕਰਨੀ ਹੈ ਪਿਛਲਿਆਂ, ਕਿਉਂਕਿ ਪਿਛਲਿਆਂ ਦੀ ਸੇਵਾ ਵੀ ਆਪਾਂ ਨੂੰ ਯਾਦ ਹੀ ਹੁੰਦੀ ਹੈ ਵੀ ਸੇਵਾ ਆਪਣੀ ਕਿਵੇਂ ਕਰਦੇ ਆ ਉਹ। ਆ ਸਾਡੇ ਬੇਰੁਜ਼ਗਾਰ ਵੀਰ ਭੈਣਾਂ, ਕਦੇ ETT ਵਾਲੇ ਟੀਚਰ, ਕਦੇ BED ਵਾਲੇ, ਕਦੇ ਨਰਸਾਂ, ਅਤੇ ਕਦੇ ਕੋਈ ਬੇਰੁਜ਼ਗਾਰ ਨੌਜਵਾਨ ਜਾ ਕੇ ਉਹਨਾਂ ਨੂੰ ਜਦੋਂ ਚੇਤੇ ਕਰਵਾਉਂਦੇ ਆ, ਤੁਸੀਂ ਚੋਣਾਂ ਤੋਂ ਪਹਿਲਾਂ ਵਾਅਦੇ ਬਹੁਤ ਕੀਤੇ ਸੀ, ਉਹਨਾਂ ਵਾਅਦਿਆਂ ਨੂੰ ਵਫਾ ਕਰੋ, ਹੁਣ ਉਹ ਆਪਣੇ ਵਾਅਦੇ ਨਿਭਾਓ। ਜਿਹੜੇ ਚੋਣ ਮੈਨੀਫੈਸਟੋ ਵਿੱਚ ਜਿਹੜੀਆਂ ਗੱਲਾਂ ਤੁਸੀਂ ਸਟੇਜਾਂ ਉੱਤੇ ਬਾਹਾਂ ਉਲਾਰ ਕੇ ਕੀਤੀਆਂ, ਉਹ ਵਾਅਦੇ ਪੂਰੇ ਕਰੋ, ਸਾਨੂੰ ਨੌਕਰੀਆਂ ਦਿਓ। ਅਤੇ ਫਿਰ ਉਹ ਸੇਵਾ ਕਿਵੇਂ ਕਰਦੇ ਆ ਜਿਹੜੇ ਰਾਜ ਲਈ ਸੇਵਾ ਕਹਿਣ ਵਾਲੇ ਹੁੰਦੇ ਆ? ਆਪਾਂ ਨੂੰ ਪਤਾ ਹੀ ਹੈ ਨੇਤਾ ਪ੍ਰਤੀ ਜਿਹੜੀ ਸੇਵਾ ਹੁੰਦੀ ਆ, ਆਪਾਂ TV ਚੈਨਲਾਂ ਦੇ ਉੱਤੇ ਅਖਬਾਰਾਂ ਦੇ ਵਿੱਚ ਨੇਤਾ ਪ੍ਰਤੀ ਵੇਖਦੇ ਹਾਂ ਵੀ ਸਾਡੀ ਸੇਵਾ ਉਹ ਕਿਵੇਂ ਕਰਦੇ ਆ। ਕਹਿ ਕੇ ਸੇਵਾ ਦਾ ਹੀ ਆਉਂਦੇ ਆ, ਚਾਹੇ ਕਿਸੇ ਪਾਰਟੀ ਵਾਲੇ ਆਉਣ, ਪਰ 5 ਸਾਲ ਜਿਹੜੀ ਸਾਡੀ ਸੇਵਾ ਕਰਕੇ ਜਾਂਦੇ ਆ ਨਾ, ਫਿਰ ਆਪਾਂ 3-4 ਸਾਲਾਂ ਬਾਅਦ ਕਹਿਣ ਲੱਗ ਜਾਂਦੇ ਵੀ ਇਹਦੇ ਨਾਲੋਂ ਤਾਂ ਪਹਿਲਾਂ ਵਾਲੇ ਚੰਗੇ ਸੀ, ਪਹਿਲਾਂ ਵਾਲਿਆਂ ਦੀ ਸੇਵਾ ਠੀਕ ਸੀ, ਵੀ ਉਹ ਥੋੜ੍ਹੀ ਜਿਹੀ ਸੇਵਾ ਰਿਆਇਤ ਨਾਲ ਕਰਦੇ ਸੀ, ਇਹ ਸੇਵਾ ਥੋੜ੍ਹੀ ਜ਼ਿਆਦਾ ਕਰਦੇ ਆ। ਬਹਾਨਾ ਸੇਵਾ ਦਾ ਹੀ ਹੁੰਦਾ, ਅਤੇ ਹੁੰਦਾ ਸਾਰਾ ਛਕਣ ਛਕਾਉਣ ਦਾ ਹੀ ਕੰਮ ਹੈ, ਉਹ ਚਾਹੇ ਰਾਜਨੀਤੀ ਵਿੱਚ ਹੈ, ਪੋਲੀਟੀਕਲ ਪਾਰਟੀਆਂ ਵਿੱਚ ਹੈ, ਚਾਹੇ ਗੁਰੂ ਘਰਾਂ ਦੇ ਵਿੱਚ ਹੈ। ਇੱਥੇ ਪ੍ਰਧਾਨਗੀਆਂ ਦੇ ਰੌਲੇ ਵੀ ਗੋਲਕਾਂ ਕਰਕੇ ਹੀ ਹੈ। ਜਿਸ ਗੁਰੂ ਘਰ ਦੇ ਵਿੱਚ ਸਾਧ ਸੰਗਤ ਜੀ ਬਹੁਤੀ ਆਮਦਨ ਨਾ ਹੋਵੇ ਨਾ, ਉੱਥੇ ਛੇਤੀ ਕੀਤੇ ਕੋਈ ਕਮੇਟੀ ਮੈਂਬਰ ਬਣਨ ਨੂੰ ਤਿਆਰ ਨਹੀਂ, ਪ੍ਰਧਾਨ ਬਣਨ ਦੀ ਤਾਂ ਗੱਲ ਦੂਰ ਹੈ। ਪਰ ਜਿੱਥੇ ਗੋਲਕ ਬਹੁਤੀ ਹੋਵੇ ਉੱਥੇ ਝਗੜੇ ਹੁੰਦੇ ਹੈ। ਅੱਜ ਇਸ ਸਥਾਨ ਦੇ ਉੱਤੇ ਆਪਾਂ ਬੈਠੇ, ਇੱਥੋਂ ਦਾ ਇਤਿਹਾਸ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ, ਕਿਵੇਂ ਦੋਹਾਂ ਧਿਰਾਂ ਦੇ ਵਿੱਚ ਲੜਾਈਆਂ ਹੁੰਦੀਆਂ ਸੀ। ਸਾਰਾ ਝਗੜਾ ਮਾਇਆ ਦਾ ਹੀ ਸੀ ਵੀ ਅਸੀਂ ਕਰ ਲਈਏ ਸੇਵਾ, ਦੂਜੇ ਕਹਿੰਦੇ ਅਸੀਂ ਕਰ ਲਈਏ ਸੇਵਾ।
वह तीजा आके बेच सरकार ने सेवा सामभ ली मुड़ के हूँ आप पता ही है सारा। चलो जिमें गुरु की मौज है जिमें हो वरत रहा है वो मौज में वो भाणे ही है। सो भाई इस कर इस प्रकार जदों गुरु के लंगर दखण की धरती उत्ते हजूर साहब वरतते हैं ना उस वे नेता प्रति की होया करे गुरु के लंगर रौला पै जाया करे। नेड़ी बहादुर शाह ने भी अपना कैंप लाया उन्हें एक दिन सुनी ये गल बात रौला रप्पा जो सुनिया गुरु के लंगर पैंदा उस वेले अपने उमरावा नू सेनापतियां सलाहकारां नू कहन लगा कहिंदा भई आ रौला पै रहा है किहो जिहा रौला पै रहा है। कहिंदा जाणिया जांदा है मैनू लगदा है भी इह गुरु साहिब दा कैंप आ ना उस पासे रौला पै रहा है। उस वेले इन्हां ने अपना एक बंदा भेजिया भी जाके खबर तां लओ भी रौला रप्पा कहदा पै रहा है। वो गया बंदा उत्थे सारा कारण सुन के वापस आ गया आके हाथ जोड़ के अर्ज गुजारी बहादुर शाह नूं दस्या कहिंदा बहादुर शाह उत्थे रौला पैण दा कारण यह है भी गुरु का लंगर उत्थे बड़ा खुला डुला वरत रहा है। कहिंदे कोई खालसे बरताई जांदे आ कोई खालसे बैठे छकी जांदे आ लै रहे हन उन्हां तों पर आपस दे विच गड़गज बोले बोल रहे हन सारे। कोई कहिंदे मंग रहा ते कोई कहिंदा कह रहा उन्हां नूं भी ठहर जा खड़ जा थोड़ा समां उड़ीक ला अपनी वारी नाल आई। इस तरह कोई रोक रहा ते दूजा कोई गुस्से हो रहा है। उस वेले सारी गलबात सुन के बहादुर शाह ने विचारिया कि भी शायद गुरु के सिख है गुरु का पंथ है ना जिहड़ा ये भुखा रहिंदा होना जिहड़ा आपस में लड़ते हैं। कारण यह है भी इस देश में इस इलाके गुरु के सिख बहुते नहीं थोड़े है पंजाब में तो चलो संगत बहुत सी इस करके इत्थे आमदन थोड़ी है पर छकण वाले बहुते है गुरु साहब के लंगर बहुत आ जाते हैं। इस करके मन के भावना जागी भी मैं रोज कुछ ना कुछ धन गुरु के लंगर वास्ते दे दिया करा। यह हुक्म सुना दिता भी अपने खजानची नू भी गुरु के लंगर वास्ते इन्नी माया भेज दिया करो रोज। उधर लांगरी सिंघा ने माया लैके ते होर बहुत सारिया रस्तां वस्तां खरीद लईया लंगरां वास्ते सतगुरु सच्चे पातशाह कृपालू के दरबार के बहुत खुले कड़ाह प्रसाद के गफे बनते ते वरतते हैं। जदों खुला गफा वरतन लग गया तो पर फिर भी यही रौला पिया करे बड़ा रोज दूर दूर तक आवाजा सुन दया हैं। नेता प्रति धन भी बहुत आउंदा है पर फिर भी कुलाहल जिहड़ा रौला रप्पा कुरलाट इन्ना फेर पिया होया है। अठ क दिनों बाद जदों बहादुर शाह ने सुनिया भी रौला रप्पा फिर उवें पै रहा है इन्हें सोचा भी गुरु के लंगरों में जिहड़ा खर्चा बहुता वध गया है जिन्नी माया ये पहला भेजदा सी उस तो दुगनी होर भेजण लग पिया। कहिंदा गुरु के सिंघो जिन्ना मन भौंदा लंगर चलाओ तुसी पर बहादुर शाह दिनों दिन जिवें माया बहुती भेजदा है उस तरह उन्ना ही रौला भी गुरु के लंगरां विच वध रहा है। इधर अज किसी कारण करके भाई दया सिंह जी बहादुर शाह कोल पहुंचे हैं उहदे कोल यह सारी गलबात बहादुर शाह ने की। कहिंदा भी मैनू लगता है भी खालसा भुखा रहिंदा है इन्हां नूं रजमी रोटी नहीं मिलती ये जान के मैं बहुत धन भेजिया पर मैं बड़ा हैरान हाँ भी जिन्नी ज्यादा मैं माया भेजी जाना जिन्ने खुले लंगर वरते हैं खालसे होर रौला रप्पा पाउंदे हन
ਕਹਿੰਦਾ ਭਾਈ ਦਇਆ ਸਿੰਘ ਜੀ ਮੈਨੂੰ ਇਹਦਾ ਕਾਰਨ ਦੱਸੋ ਵੀ ਕਾਰਨ ਕੀ ਹੈ ਵੀ ਖਾਲਸੇ ਇਹਨਾਂ ਰੌਲਾ ਕਿਉਂ ਪਾਉਂਦੇ ਹਨ। ਉਸ ਵੇਲੇ ਭਾਈ ਦਇਆ ਸਿੰਘ ਜੀ ਸੁਣਾ ਕੇ ਕਹਿਣ ਲੱਗੇ, ਕਹਿੰਦਾ ਬਹਾਦਰ ਸ਼ਾਹ ਪੰਥ ਖਾਲਸੇ ਵਿੱਚ ਇਹ ਰੌਲਾ ਰੱਪਾ ਜਿਹੜਾ ਇਹ ਕਹਿੰਦਾ ਅੱਜ ਦਾ ਨਹੀਂ, ਇਹ ਤਾਂ ਬਹੁਤ ਚਿਰਦਾ ਇਹ ਵੀ ਪੈਂਦਾ ਹੈ। ਇਹ ਕਿਉਂਕਿ ਗੁਰੂ ਸਾਹਿਬ ਦੇ ਸੋਢੀ ਕੁਲ ਦੇ ਅਵਤੰਸ ਸਰਮੌਰ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਉਹਨਾਂ ਦੇ ਬਚਨ ਹੋਏ ਹਨ, ਇਸ ਕਰਕੇ ਮਹਾਰਾਜ ਦੇ ਬਚਨਾਂ ਦੇ ਨਾਲ ਹੀ ਹੈ ਇਹ ਰੌਲਾ ਰੱਪਾ ਜਿਹੜਾ ਖਤਮ ਨਹੀਂ ਹੋ ਸਕਦਾ ਕਦੇ ਵੀ। ਜਦੋਂ ਕਹਿੰਦੇ ਗੁਰੂ ਕੇ ਲੰਗਰਾਂ ਵਿੱਚ ਕੁਝ ਵਰਤਦਾ ਉਸੇ ਵੇਲੇ ਸ਼ੋਰ ਸ਼ਰਾਬਾ ਹੋ ਜਾਂਦਾ ਹੈ। ਬਹਾਦਰ ਸ਼ਾਹ ਸੁਣ ਕੇ ਬੜਾ ਹੈਰਾਨ ਹੋਇਆ ਵੀ ਖਾਲਸਾ ਕੋਲ ਖਾਣ ਪੀਣ ਨੂੰ ਵੀ ਖੁੱਲ੍ਹਾ ਪਰ ਰੌਲਾ ਕਾਹਤੋਂ ਪਾਉਂਦੇ ਹੈ। ਫਿਰ ਪਤਾ ਲੱਗਿਆ ਵੀ ਇਹ ਤਾਂ ਮਹਾਰਾਜ ਦੇ ਬਚਨ ਹੈ ਵੀ ਖਾਲਸੇ ਇਹ ਤਾਂ ਮਾਰਾ ਬਕਾਰਾ ਕਰੇ ਹੀ ਕਰਨਗੇ ਵੀ ਜਦੋਂ ਲੰਗਰ ਵਰਤਿਆ ਕਰੂਗਾ ਅਤੇ ਇਹ ਇੱਕ ਦੂਜੇ ਤੋਂ ਕਾਹਲੀ ਇਹ ਕਰੇ ਹੀ ਕਰਨਗੇ। ਹੁਣ ਇੱਥੇ ਵੀ ਆਪਾਂ ਕਈ ਵਾਰ ਕਥਾ 'ਚ ਬੇਨਤੀਆਂ ਕਰਦੇ ਹਾਂ ਭਾਈ ਰੌਲਾ ਨਾ ਪਾਇਓ ਪਾਓ, ਅਤੇ ਉਸ ਵੇਲੇ ਵੀ ਦੇ ਕੜਾਹ ਪ੍ਰਸ਼ਾਦੀ ਦੇਗਾ ਉੱਥੋਂ ਸਾਹਮਣੇ ਲੈ ਕੇ ਆਉਂਦੇ ਆ, ਸਾਰੇ ਪ੍ਰਸ਼ਾਦ ਛਕਿਆ ਹੁੰਦਾ ਅਤੇ ਇਸ ਕਰਕੇ ਭਾਈ ਉਹ ਰੌਲਾ ਰੱਪਾ ਪਾਉਂਦੇ ਹੀ ਹੈ ਸਾਰੇ, ਆਪਾਂ ਰੋਕਦੇ ਵੀ ਹੈ ਪਰ ਰੌਲਾ ਰੱਪਾ ਕੁਦਰਤੀ ਮਹਾਰਾਜ ਦੇ ਬਚਨਾਂ ਕਰਕੇ ਹੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਹਿਲੇ ਜਾਮਿਆਂ ਦੇ ਵਿੱਚ ਵੀ ਇਹ ਬਚਨ ਸਨ। ਕਲਯੁੱਗ ਨੇ ਜਿਸ ਵੇਲੇ ਆ ਕੇ ਬੇਨਤੀ ਕੀਤੀ ਮਹਾਰਾਜ ਵੀ ਆਹ ਕਲਯੁੱਗ ਦਾ ਸਮਾਂ ਮੇਰੇ ਰਾਜ ਦਾ ਸਮਾਂ ਹੈ ਅਤੇ ਸਾਰੇ ਸਿੱਖ ਆਪ ਜੀ ਦੇ ਆ ਕੇ ਸੇਵਾ ਕਰਦੇ ਹੈ ਅਤੇ ਮੈਨੂੰ ਵੀ ਆਪਣੀ ਸੰਗਤ ਵਿੱਚ ਬੈਠਣ ਦਾ ਤੁਸੀਂ ਸਮਾਂ ਬਖਸ਼ੋ, ਥੋੜ੍ਹਾ ਬਹੁਤਾ ਸਮਾਂ ਮੈਂ ਵੀ ਤੁਹਾਡੇ ਚਰਨਾਂ ਵਿੱਚ ਬੈਠਿਆ ਕਰਾਂ। ਮਹਾਰਾਜ ਕਲਯੁੱਗ ਨੂੰ ਕਹਿੰਦੇ ਤੂੰ ਐਵੇਂ ਕਲਾ ਕਲੇਸ਼ ਵਾਲਾ ਬੰਦਾ ਹੈ, ਤੂੰ ਕਲਾ ਕਲੇਸ਼ ਪਵਾਵੇਗਾ, ਤੂੰ ਦੂਰ ਹੀ ਰਹਿ ਸੰਗਤ। ਕਹਿੰਦਾ ਨਹੀਂ ਮਹਾਰਾਜ, ਮੈਨੂੰ ਥੋੜ੍ਹਾ ਜਿਹਾ ਸਮਾਂ ਤਾਂ ਨਾ ਮੇਰੇ ਨਾਲ ਤੁਸੀਂ ਦੁਆਇਸ਼ ਤਾਂ ਨਾ ਕਰੋ ਨਾ, ਤੁਹਾਡੇ ਦਰ ਦੇ ਉੱਤੇ ਜਿਹੜਾ ਆਉਂਦਾ ਉਹਦੀ ਭਾਵਨਾ ਪੂਰੀ ਕਰਦੇ ਹੋ ਅਤੇ ਮੇਰੀ ਵੀ ਬੇਨਤੀ ਹੈ ਵੀ ਮੈਨੂੰ ਵੀ ਥੋੜ੍ਹਾ ਜਿਹਾ ਸਮਾਂ ਬਖਸ਼ਿਆ ਕਰੋ। ਮਹਾਰਾਜ ਸੱਚੇ ਪਾਤਸ਼ਾਹ ਉਸ ਵੇਲੇ ਕਹਿਣ ਲੱਗੇ, ਕਹਿੰਦੇ ਲੈ ਵੀ ਕਲਯੁੱਗ ਆ, ਕਹਿੰਦੇ ਜਿੱਥੇ ਕਥਾ ਕੀਰਤਨ ਹੁੰਦਾ ਹੋਊਗਾ ਨਾ ਉੱਥੇ ਤਾਂ ਨਹੀਂ ਤੂੰ ਬੈਠ ਸਕਦਾ, ਉੱਥੇ ਨਹੀਂ ਤੂੰ ਆ ਸਕਦਾ, ਪਰ ਹਾਂ ਜਦੋਂ ਕਹਿੰਦੇ ਦੀਵਾਨ ਦੀ ਸਮਾਪਤੀ ਹੋਇਆ ਕਰੂ, ਕੜਾਹ ਪ੍ਰਸ਼ਾਦ ਵਰਤਿਆ ਕਰੂ ਨਾ, ਉੱਥੇ ਆ ਕੇ ਆਪਣਾ ਛਾਂਦਾ ਲੈ ਜਾ ਕਰ, ਆਪਣਾ ਗੱਫਾ ਲੈ ਜਾ ਕਰ। ਅਤੇ ਇਸੇ ਤਰ੍ਹਾਂ ਹੀ ਹੋਇਆ, ਮਹਾਰਾਜ ਨੇ ਵਚਨ ਕੀਤੇ। ਦੂਜੇ ਦਿਨ ਜਦੋਂ ਕਥਾ ਕੀਰਤਨ ਹੋਈ ਬੜੇ ਆਰਾਮ ਨਾਲ ਸਾਰੇ ਬੈਠੇ ਅਤੇ ਜਦੋਂ ਸਾਧ ਸੰਗਤ ਜੀ ਵਰਤਣ ਲੱਗਿਆ ਕੜਾਹ ਪ੍ਰਸ਼ਾਦ ਅਤੇ ਸਿੱਖ ਪੈ ਗਏ ਟੁੱਟ ਕੇ ਵੀ ਪਹਿਲਾਂ ਮੈਨੂੰ ਦੇ ਦੇ ਗੱਫਾ, ਦੂਜਾ ਕਹਿੰਦਾ ਮੈਨੂੰ ਦੇ ਦੇ। ਜਦੋਂ ਰੌਲਾ ਰੱਪਾ ਪਿਆ ਮਹਾਰਾਜ ਨੇ ਸੋਚਿਆ ਵੀ ਆਹ ਕੀ ਹੋਇਆ, ਫਿਰ ਮਹਾਰਾਜ ਨੇ ਦੇਖਿਆ ਵੀ ਸਾਹਮਣੇ ਕਲਯੁੱਗ ਆਇਆ ਬੈਠਾ। ਮਹਾਰਾਜ ਕਹਿੰਦੇ ਵੀ ਤੂੰ ਟਲਿਆ ਨਹੀਂ ਆ ਗਿਆ? ਕਹਿੰਦਾ ਮਹਾਰਾਜ ਤੁਸੀਂ ਵਚਨ ਕੀਤਾ ਵੀ ਆ ਕੇ ਗੱਫਾ ਲੈ ਜਾ ਕਰੋ ਅਤੇ ਹੁਣ ਕਹਿੰਦਾ ਤੁਸੀਂ ਮੇਰੀ ਇਹ ਬੇਨਤੀ ਮੰਨ ਲਿਓ ਵੀ ਮੈਨੂੰ ਰੋਕਿਆ ਨਾ ਕਰੋ। ਸੋ ਉਸ ਵੇਲੇ ਤੋਂ ਭਾਈ ਜਦੋਂ ਆਪਾਂ ਦੇਖਦੇ ਹਾਂ ਭੋਗ ਵੀ ਪੈ ਜਾਂਦਾ, ਸਭ ਕੁਝ ਸ਼ਾਂਤੀਪੂਰਨ ਹੁੰਦਾ ਅਤੇ ਜਦੋਂ ਲੱਗਣ ਵਰਤਣ ਲੱਗਦੀ ਹੈ ਕੜਾਹ ਪ੍ਰਸ਼ਾਦ ਦੀ ਦੇਗ, ਉਸ ਵੇਲੇ ਆਪਾਂ ਨੂੰ ਪਤਾ ਹੀ ਹੈ ਵੀ ਕਿਵੇਂ ਇੱਕ ਦੂਜੇ ਤੋਂ ਅਗਾਂਹ ਹੋ ਹੋ ਕੇ ਖਾਲਸੇ ਇੱਕ ਦੂਜੇ ਤੋਂ ਅਗਾਂਹ ਹੋ ਕੇ ਸੰਗਤਾਂ ਪੈਂਦੇ ਨੇ। ਇਸ ਕਰਕੇ ਮਹਾਰਾਜ ਦੇ ਬਚਨ ਹੀ ਹੈ ਭਾਈ ਦਇਆ ਸਿੰਘ ਇਹਨੂੰ ਬਹਾਦਰ ਸ਼ਾਹ ਨੂੰ ਕਹਿੰਦੇ, ਭਾਈ ਕਹਿੰਦੇ ਇਸ ਗੱਲ ਦਾ ਫਿਕਰ ਨਾ ਕਰ, ਗੁਰੂ ਕਾ ਖਾਲਸਾ ਭੁੱਖਾ ਨਹੀਂ, ਭੁੱਖੇ ਨਹੀਂ ਰਹਿੰਦੇ, ਇਹ ਰੱਜੇ ਬਹੁਤ ਹੁੰਦੇ ਆ, ਇਹ ਭੁੱਖੇ ਨਹੀਂ ਲੜਦੇ ਤਾਂ ਰੱਜ ਕੇ ਲੜਦੇ ਆ, ਰੱਜ ਕੇ ਰੌਲਾ ਪਾਉਂਦੇ ਆ, ਔਰ ਗੁਰੂ ਕੇ ਲੰਗਰਾਂ ਵਿੱਚ ਕੋਈ ਘਾਟਾ ਨਹੀਂ ਹੈ। ਮਾਤਾ ਤੇਰੇ ਮਨ ਦੇ ਵਿੱਚ ਹੰਕਾਰ ਹੋਵੇ ਵੀ ਮੈਂ ਇੱਧਰੋਂ ਭੇਜਦੇ ਹਾਂ, ਹਾਂ ਠੀਕ ਆ ਜਿੰਨੀ ਤੂੰ ਸੇਵਾ ਕਰਨੀ ਤੂੰ ਸੇਵਾ ਕਰ ਸਕਦਾ, ਪਰ ਇਹ ਜਾਣ ਕੇ ਨਾ ਭੇਜੀ ਵੀ ਗੁਰੂ ਕੇ ਲੰਗਰ ਦੀਵਾਨੇ ਮਸਤਾਨੇ ਹੋਣਗੇ ਜਾਂ ਗੁਰੂ ਕੇ ਲੰਗਰਾਂ ਵਿੱਚ ਕੁਝ ਹੈ ਨਹੀਂ, ਖਾਲਸੇ ਭੁੱਖੇ ਬੈਠੇ ਆ, ਸੇਵਾ ਤੂੰ ਭਾਵਨਾ ਨਾਲ ਕਰ ਸਕਦਾ, ਪਰ ਜਿਹੜਾ ਰੌਲੇ ਰੱਪੇ ਵਾਲੀ ਗੱਲ ਤੂੰ ਪੁੱਛਦਾ ਹੈ ਉਹ ਇਸ ਕਰਕੇ ਆ ਭਾਈ ਕਿਉਂਕਿ ਗੁਰੂ ਸਾਹਿਬ ਦੇ ਬਚਨ ਹੋਏ ਹੈ। ਇੱਕ ਸਾਧ ਸੰਗਤ ਕਹਿੰਦੇ ਬਾਹਰਲੇ ਦੇਸ਼ਾਂ ਦੇ ਵਿੱਚ ਨਾ ਨੇਤਾ ਪ੍ਰਤੀ ਆ ਜਿਵੇਂ ਇੱਥੇ ਵੀ ਲੜਾਈ ਹੋ ਜਾਂਦੀ ਕਮੇਟੀ ਵਾਲਿਆਂ ਦੇ ਨਾਲ ਅਤੇ ਦੂਜੀ ਧਿਰ ਦੀ ਲੜਾਈ ਹੋ ਜਾ ਕਰੇ, ਉਹ ਜਦੋਂ ਲੜਾਈ ਹੋਇਆ ਕਰੇ ਕਿਸੇ ਨੇ ਸ਼ਿਕਾਇਤ ਕਰਤੀ ਵੀ ਉੱਥੇ ਇਹ ਹੈ ਵੀ ਕੋਈ ਸ਼ਿਕਾਇਤ ਕਰਦੇ ਪੁਲਿਸ ਨਾਲ ਦੀ ਨਾਲ ਆ ਜਾਂਦੀ, ਆਪਣੇ ਤਾਂ ਉਡੀਕਦੇ ਰਹਿੰਦੇ ਹਨ ਵੀ ਜਿੰਨੀ ਦੇਰ ਤੱਕ ਸਿਰ ਸੁਰ ਨਹੀਂ ਪਾਟਦੇ ਕੋਈ ਕੇਸ ਤਕੜਾ ਨਹੀਂ ਬਣਦਾ ਉੱਨੀ ਦੇਰ ਤੱਕ ਪਹੁੰਚਦੇ ਨਹੀਂ, ਪਰ ਉਹ ਇਮਾਨਦਾਰ ਨੇ ਪੁਲਿਸ ਅਫਸਰ ਉੱਥੇ ਦੇ। ਕਿਸੇ ਨੇ ਫੋਨ ਕਰ ਦਿੱਤਾ ਕਹਿੰਦੇ ਜੀ ਦੂਜੀ ਧਿਰ ਆ ਕੇ ਰੌਲਾ ਪਾ ਲੈਂਦੀ ਹੈ ਅਤੇ ਆਹ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਹੈ ਨਾ ਅਤੇ ਸਿੱਖ ਆਪਸ 'ਚ ਲੜ ਪੈਂਦੇ ਆ। ਉਹ ਅੰਗਰੇਜ਼ ਅਫਸਰ ਆਇਆ ਪਹਿਲਾਂ ਹੀ ਪਹੁੰਚ ਗਿਆ ਸਮੇਂ ਤੋਂ, ਉਹਨੇ ਬੈਠੇ ਦੇਖਿਆ ਜਿਹੜਾ ਵੀ ਸਿੱਖ ਆਉਂਦਾ ਚੁੱਪ ਚਾਪ ਮਹਾਰਾਜ ਨੂੰ ਮੱਥਾ ਟੇਕਦਾ, ਪਰਿਕਰਮਾ ਕਰਦਾ, ਬੈਠ ਕੇ ਕੀਰਤਨ ਸੁਣਦਾ, ਕਥਾ ਸੁਣਦਾ। ਉਹਨੇ ਸੋਚਿਆ ਵੀ ਸ਼ਾਇਦ ਕਿਸੇ ਨੇ ਮੈਨੂੰ ਗਲਤ ਜਾਣਕਾਰੀ ਦੇ ਦਿੱਤੀ ਹੈ, ਵਾਪਸ ਜਾਣ ਲੱਗਿਆ ਇਹਨਾਂ ਨੂੰ ਦੀਵਾਨ ਦੀ ਸਮਾਪਤੀ ਹੋ ਗਈ, ਅਰਦਾਸ ਹੋ ਗਈ, ਕੜਾਹ ਪ੍ਰਸ਼ਾਦ ਵਰਤਣ ਲੱਗ ਪਿਆ
ज्यों देख वरती तो पै गए टुट के एक दूजे वो थोड़ा प्रबंध नहीं होना चाहिए, असी मैंबर साडा प्रधान होना चाहिए, जो पे ना एक दूजे वो जे अफसर आ ना अंग्रेजा के वो थोड़ा जहा सोचते ज़्यादा अपने वालों अपने वाले तो बाद में सोचते हैं ना जो गल हो जाए। उन्हें सोचा भी कारण की है भी मैं इतने आके बैठा बड़े सियाने बंदे बड़े शांतिपूर्वक आके बैठे सारे ये किसी ने कोई रगड़ा झगड़ा नहीं किया कोई लड़ाई नहीं की भी लड़ाई हुई कदों। फिर सोचा भी वह बंदा जोड़ा बाटे चो कुछ वरता रहा ना इन्हों खाण दे रहा वो वरताया तो लड़ाई हुई है वो बेचारा ही सोची गया भी शायद जोड़ा बाटे चु कुछ वरता ना ये कुछ पाँदे है ये जोड़ा ये लड़ते आपस पर नहीं पता भी ये महाराज के वचन है भाई भी ये जदों भी गुरु का लंगर कड़ाह प्रसाद या वरत्या करू कोई भी चीज़ तो खालसा महाराज ने यह सुभाव की यह दात दिती हुई है भी उस वेले ने मारा बकारा करना हुंदा रौला रप्पा पाउणा हुंदा। बहादुर शाह नूं भी भाई दया सिंह ने समझाया कहिंदे भाई ये हैरान होने वाली गल नहीं ये तो सतगुरु जी के वचना के नाल ही हो रहा है। हाँ गुरु साहब के कोल कहिंदे ये गल तो तू ठीक जान ली भी वड्डा दल है सो इउं सेवा जान के ये बहुत धन भेजदा रहा इउं सतगुरु सच्चे पातशाह जी का दखण की धरती हजूर साहब बहुत खुले गफे वरतदे है गुरु का लंगर वरत रहा है। सो समय की समाप्ति है बाकी जिहड़ा रहिंदा प्रसंग है सो छोटा जिहा प्रसंग अगे आवेगा भाई दया सिंह जी दे अकाल चलाने का सो वह आपां कल नूं सुणांगे। उस तो बाद सतगुरु सच्चे पातशाह जिवें सचखंड प्याने का तैयारा करते हैं माता साहिब देवा कौर जी खालसे की माता नूं दिल्ली वल भेजणगे। सो भाई राम कौर जी भी अपना पुराना प्रसंग दसणगे कि मैनू भी सतगुरु जी ने जिवें मैं वापस भेज दिता सी मेरी माता की बेनती करन ते वो प्रसंग कल की कथा में आएगा। सतगुरु कृपा कर समत बख्शन आप सेवा लैन आओ कथा विचार दौरान हो जा बेअंत भुलां की खिमा जाचना करते हुए समाप्ति दिया तुका पढ़ के अरदास हाजरी लवाइए। वरत है बड़ो बडेरा वाहे गुरु जी का खालसा वाहे गुरु जी की फतेह।